ਸਪੀਕਰ ਬਣਨ ਤੋਂ ਪਹਿਲੇ ਉਹ MLA ਨੇ ਅਤੇ ਉਹ ਕਹਿੰਦੇ ਵੀ ਉੱਥੇ ਇੱਕ ASI ਹੈ, ਬੋਹੜ ਸਿੰਘ ਦਾ ਨਾਂ ਹੈ, ਅਤੇ ਕੈਟੇਗਰਾਈਜ਼ਡ ਗੈਂਗਸਟਰ, ਮਤਲਬ ਨਾਮੀ ਗੈਂਗਸਟਰ ਆ, ਉਹਦੇ ਕੋਲੋਂ ਰਿਸ਼ਵਤ ਲੈਂਦਾ ਅਤੇ ਉਹਨੂੰ ਡਰ ਖੌਫ ਕਿਸੇ ਦਾ ਨਹੀਂ। ਜੇ ਉਹਨਾਂ ਨੂੰ ਇੱਕ ਕਾਰਵਾਈ ਕਰਾਉਣ ਵਾਸਤੇ ਵਿਧਾਨ ਸਭਾ ਜਾਣਾ ਪੈਂਦਾ ਅਤੇ ਆਮ ਬੰਦੇ ਦਾ ਥਾਣਿਆਂ 'ਚ ਅਤੇ ਪੁਲਿਸ 'ਚ ਕੀ ਹਾਲ ਹੁੰਦਾ ਹੋਊਗਾ? ਬਿਲਕੁਲ ਹੀ ਪੰਜਾਬ ਦੀ ਕਾਨੂੰਨ ਐਂਡ ਵਿਵਸਥਾ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਇੱਥੇ ਹਾਲ ਹੋਊਗੀ। ਗ੍ਰਹਿ ਮੰਤਰਾਲੇ ਉਹਨਾਂ ਕੋਲ ਹੈ ਅਤੇ ਸਾਰੀ ਪੁਲਿਸ ਉਹਨਾਂ ਦੇ ਅੰਡਰ ਆਉਂਦੀ, ਅਤੇ ਜੇ ਪੁਲਿਸ ਕੋਈ ਠੀਕ ਕੰਮ ਨਹੀਂ ਕਰਦੀ ਜਾਂ ਕੋਈ ਕਾਰਵਾਈ ਨਹੀਂ ਕਰਦੀ ਜਾਂ ਕੋਈ ਮਾੜਾ ਚੰਗਾ ਕੰਮ ਕਰਦੀ ਅਤੇ ਜਵਾਬ ਦੇ, ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਬਣਦੇ ਨੇ ਜੀ, ਉਹ ਆਉਂਦੇ ਜੀ ਮੁਕੱਦਮਾ ਜ਼ਰੂਰ 6-6, 7-8, 10-10 ਸਾਲ ਚੱਲ ਜਾਂਦਾ ਜੀ, ਪਰ ਇਹਨਾਂ ਨੂੰ ਬੈਨੀਫਿਟ ਡੋਟ ਮਿਲ ਜਾਂਦਾ, ਇਹ ਗਵਾਹ ਨੂੰ ਭਾ ਲੈਂਦੇ ਜਾਂ ਕੁਛ ਕਰ ਲੈਂਦੇ ਆ, ਇਹਨੂੰ ਸਜ਼ਾ ਨਹੀਂ ਕੋਈ ਹੁੰਦੀ। ਸੰਧਵਾ ਸਾਹਿਬ ਤੁਹਾਡੇ ਕੋਲ ਪਾਵਰ ਆ, ਇਹ ਕੁਰਸੀ ਕੋਲ ਬਹੁਤ ਪਾਵਰ ਆ, ਬਹੁਤ ਤਾਕਤ ਆ, ਕਹਿੰਦੇ ਸਾਨੂੰ ਬੋਲਣ ਦਾ ਮੌਕਾ ਦਿਓ ਵੀ ਕਿੰਨਾ ਹਾਲਾਤਾਂ ਦੇ ਵਿੱਚ ਮੈਂ ਨੌਕਰੀ ਛੱਡੀ, 9 ਸਾਲ ਪਏ ਸੀ ਮੇਰੀ ਨੌਕਰੀ ਨੂੰ, ਅਤੇ ਕਹਿੰਦੇ ਉਹ ਫਿਰ ਉਹ ਬਣਿਆ ਗਿਆ। ਆਉਂਦੇ ਮੈਂ 2006 ਤੋਂ ਫਿਸਰ ਗੱਦੀ ਚੱਲਦਾ ਬੈਠਾ ਰਿਹਾ ਜੀ, ਆਉਂਦੇ ਸਰਕਾਰ ਚੱਲਣ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਮਾਫੀਆ ਦਾ ਹੁੰਦਾ, ਮਾਫੀਆ ਸਭ ਨੂੰ ਕੰਟਰੋਲ ਕਰਦਾ। ਹੁਣ ਉਹਨਾਂ ਨੂੰ ਇਹ ਪਤਾ ਵੀ ਬਈ ਸਾਡੀ ਕਿਤੇ ਬੱਸ ਅਗਲੀ ਵਾਰੀ ਲੰਘ ਨਾ ਜਾਵੇ, ਵੀ ਅਸੀਂ ਲੋਕਾਂ ਦੀ ਗੱਲ ਕਰੀਏ, ਇਸ ਕਰਕੇ ਲੋਕਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਗਈ। ਵੀ ਜੇ ਦੁਬਾਰਾ ਵਿਧਾਨ ਸਭਾ ਜਾਣਾ ਤਾਂ ਲੋਕਾਂ ਦੀ ਗੱਲ ਕਰਨਾ ਪੈਣੀ, ਲੋਕਾਂ ਕਹਿਣਾ ਵੀ ਮੂੰਹ 'ਚ ਘੁੰਗਣੀਆਂ ਪਾ ਕੇ ਕਿਉਂ ਬੈਠੇ ਜੇ। ਕੱਲ੍ਹ ਜਿਵੇਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਲਾਅ ਐਂਡ ਆਰਡਰ 'ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਖਰੜ ਜੇਲ੍ਹ 'ਚ ਤੁਹਾਡੇ SP ਨੇ ਲਾਰੰਸ ਬਿਸ਼ਨੋਈ ਨੂੰ ਫੋਨ ਆਪਣਾ ਦੇ ਕੇ ਇੰਟਰਵਿਊ ਕਰਾਈ, ਉਹਦੇ 'ਤੇ ਰਕੇਸ਼ ਜੀ ਦੇਖ ਲਓ ਸਾਬਤ ਹੋ ਗਿਆ, ਉਹਦੇ 'ਤੇ ਨਾਂ ਦੇ DGP ਸਾਹਿਬ ਦਾ ਕੋਈ ਬਿਆਨ ਆਇਆ, ਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਬਿਆਨ ਆਇਆ। ਚੀਮਾ ਜੀ ਨੇ ਕਹਿਤਾ ਜੀ ਮਾਮਲਾ ਕੋਰਟ 'ਚ, ਕੋਰਟ ਨੇ ਸਾਰਿਆਂ ਨੋਟਿਸ ਕਰਤਾ, ਇਹ 'ਤੇ ਚਰਚਾ ਹੀ ਨਹੀਂ ਹੋ ਸਕਦੀ। ਅਤੇ ਜਦੋਂ ਪੁਲਿਸ ਵਾਲੇ ਰਿਸ਼ਵਤ ਲੈਂਦੇ ਆ ਜਾਂ ਗੈਂਗਸਟਰਾਂ ਨੂੰ ਸ਼ੈਲਟਰ ਕਰਦੇ ਆ, ਦੜੇ ਸੱਟੇ ਕਾਰੋਬਾਰੀਆਂ ਨੂੰ ਸ਼ੈਲਟਰ ਕਰਦੇ ਆ, ਉਦੋਂ ਉਹਨਾਂ ਦਾ ਮਨੋਬਲ ਨਹੀਂ ਟਿਕਦਾ? ਦੜੇ ਸੱਟੇ ਕਾਰੋਬਾਰੀਆਂ ਨਾਲ ਉਹਨਾਂ ਨੇ ਆਪਣੇ ਪੈਸੇ ਵਿਆਜਾਂ 'ਤੇ ਲਾਏ ਆ। ਇੰਨੀ ਦੇਰ ਕੇ ਜੀ ਰਿਸ਼ਵਤ ਨਹੀਂ ਚੱਲਦੀ ਅਤੇ ਡਿਸਮਿਸ ਹੋਏ ਬੰਦੇ ਕਿੱਦਾਂ ਲਾਤੇ ਇਹਨਾਂ ਨੇ? ਇਹਦਾ ਮਤਲਬ ਇਹ ਹੈ ਨਾ ਵੀ ਬੰਦੇ ਲਾ, ਜਿਹੜੇ ਪਹਿਲੇ ਭ੍ਰਿਸ਼ਟਾਚਾਰੀ ਜਿਹੜੇ ਫੜੇ ਗਏ, ਇਹ ਚਾਰਜਸ਼ੀਟ ਹੋਏ ਉਹ ਫਿਰ ਕਿੱਦਾਂ ਚੰਗੀਆਂ ਪੋਸਟਾਂ 'ਤੇ ਆ ਗਏ? ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼, ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ। ਮੌਨਸੂਨ ਸੈਸ਼ਨ ਚੱਲ ਰਿਹਾ ਅਤੇ ਅੱਜ ਮੌਨਸੂਨ ਸੈਸ਼ਨ ਦਾ ਦੂਸਰਾ ਦਿਨ ਹੈ। ਵੈਸੇ ਤਾਂ ਅਕਸਰ ਦੇਖਿਆ ਜਾਂਦਾ ਕਿ ਵਿਪਕਸ਼ ਹੀ ਸੱਤਾ ਪੱਖ ਨੂੰ ਘੇਰਦਾ, ਪਰ ਇਸ ਵਾਰੀ ਆਪਣੇ ਯਾਨੀ ਕਿ ਸੱਤਾ ਪੱਖ ਵਾਲਿਆਂ ਨੇ ਸਰਕਾਰ ਨੂੰ ਕਟਘਰੇ ਦੇ ਵਿੱਚ ਖੜ੍ਹਾ ਕਰ ਦਿੱਤਾ। ਉਸ ਵੇਲੇ ਕੀ ਹਾਲਾਤ ਹੋਣਗੇ ਜਦੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਈ ਇੱਕ ਮੁੱਦੇ ਨੂੰ ਲੈ ਕੇ ਕਹਿੰਦੇ ਨੇ ਕਿ ਇੱਕ ASI ਦੇਖੋ ਕਿੱਡਾ ਉਹ ਪਾਵਰਫੁੱਲ ਹੈ, ਇੱਕ ਕੈਟੇਗਰਾਈਜ਼ ਗੈਂਗਸਟਰ ਕੋਲੋਂ ਹੀ ਰਿਸ਼ਵਤ ਲੈਂਦਾ ਅਤੇ ਫਿਰ ਰਿਸ਼ਵਤ ਲੈਂਦਾ ਆਪਣੇ ਬੈਂਕ ਖਾਤੇ ਦੇ ਵਿੱਚ ਅਤੇ ਇਸ FIR ਨੂੰ ਹੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਸ 'ਤੇ ਕੀ ਕਹਿੰਦੇ ਨੇ? ਅਤੇ ਅੱਜ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ ਅਤੇ ਆਖਿਆ ਅੰਮ੍ਰਿਤਸਰ ਦੀ ਸਾਫ਼ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ। ਕੱਲ੍ਹ ਡਾਕਟਰ ਅਜੇ ਗੁਪਤਾ ਵੀ ਬੋਲੇ ਸਨ ਇਸ ਨੂੰ ਲੈ ਕੇ, ਜਿਹੜੇ ਅੰਮ੍ਰਿਤਸਰ ਸੈਂਟਰ ਵਿਧਾਨ ਸਭਾ ਹਲਕੇ ਤੋਂ MLA ਨੇ, ਉਹਨਾਂ ਨੇ ਵੀ ਸ਼ਹਿਰ ਦੇ ਵਿੱਚ ਫੈਲੀ ਗੰਦਗੀ ਅਤੇ ਠੱਪ ਹੋ ਚੁੱਕੀ ਸਫਾਈ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਸਨ। ਮੇਰੇ ਨਾਲ ਨੇ ਮੇਰੇ ਸਾਥੀ ਰਾਕੇਸ਼ ਸ਼ਰਮਾ। ਸ਼ਰਮਾ ਜੀ ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਰਮਾ ਜੀ, ਲੰਬੇ ਸਮੇਂ ਬਾਅਦ ਸਰਕਾਰ ਨੇ ਮੌਨਸੂਨ ਸੱਤਰ ਜਿਹੜਾ ਬੁਲਾਇਆ, 3 ਦਿਨਾਂ ਦਾ ਸੈਸ਼ਨ ਚੱਲਣਾ। ਵੈਸੇ ਤਾਂ ਜਦੋਂ ਇਹ ਵਿਪਕਸ਼ ਸਨ, ਸੱਤਾ ਇਹਨਾਂ ਨੂੰ ਨਹੀਂ ਸੀ ਮਿਲੀ, ਸੱਤਾ ਵਾਸਤੇ ਹੱਥ ਪੈਰ ਮਾਰ ਰਹੇ ਸਨ, ਉਦੋਂ ਇਹ ਕਹਿੰਦੇ ਸੀ ਕਿ ਜਿਹੜਾ ਲੰਬਾ ਸੈਸ਼ਨ ਹੋਣਾ ਚਾਹੀਦਾ, ਪਰ ਜਿਸ ਤਰ੍ਹਾਂ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਨੇ ਪੂਰੀ ਕੈਲਕੂਲੇਸ਼ਨ ਕਰਕੇ ਦੱਸੀ ਹੈ ਵੀ ਤੁਸੀਂ ਤਾਂ ਇੰਨਾ ਨਾ ਸਮਾਂ ਬੋਲਣ ਨੂੰ ਦਿਓ, 1-1 ਘੰਟਾ ਵੀ ਦਿਓ ਅਤੇ ਕਿੰਨੇ ਘੰਟੇ ਬਣਦੇ ਨੇ, ਠੀਕ ਹੈ? ਅਤੇ ਇਹ ਕਹਿੰਦੇ ਵੀ ਤੁਸੀਂ, ਤੁਹਾਡੀ ਮਜਬੂਰੀ ਬਣ ਗਈ ਹੈ, ਜੇ ਕਹਿੰਦਾ ਪ੍ਰੋਟੋਕਾਲ ਲੈਣਾ ਪੂਰਾ ਕਰਨਾ ਹੋਵੇ ਤਾਂ ਤੁਸੀਂ ਸ਼ਾਇਦ ਇਸ ਜਿਹੜਾ ਸੈਸ਼ਨ ਨਾ ਬੁਲਾਓ। ਹੁਣ ਕੱਲ੍ਹ ਉਸ ਵੇਲੇ ਕੇਸ ਜੀ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਜਦੋਂ
ਕੁਲਤਾਰ ਸਿੰਘ ਸੰਧਵਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐਡਰੈਸ ਕਰਦੇ ਨੇ। ਉਹ ਕਹਿੰਦੇ ਕੁੰਵਰ ਜੀ, ਭ੍ਰਿਸ਼ਟਾਚਾਰ ਦੇ ਇਸ ਮੁੱਦੇ ਦੇ ਉੱਤੇ ਕੀ ਹੋਣਾ ਚਾਹੀਦਾ? ਵੇਖੋ ਉਹ ਸਵਾਲ ਕੀ ਪੁੱਛਦੇ ਨੇ, ਕਹਿੰਦੇ ਵੀ ਕੋਟਕਪੁਰਾ ਦੇ ਵਿੱਚ ਇੱਕ FIR ਦਰਜ ਹੁੰਦੀ ਥਾਣੇ ਦੇ ਵਿੱਚ, ਕਿਉਂਕਿ ਕੁਲਤਾਰ ਸਿੰਘ ਸੰਧਵਾਂ ਉੱਥੋਂ ਹੀ MLA ਨੇ, ਸਪੀਕਰ ਬਣਨ ਤੋਂ ਪਹਿਲੇ ਉਹ MLA ਨੇ। ਅਤੇ ਉਹ ਕਹਿੰਦੇ ਵੀ ਉੱਥੇ ਇੱਕ ASI ਹੈ, ਬੋਹੜ ਸਿੰਘ ਦਾ ਨਾਂ ਹੈ, ਅਤੇ ਕੈਟੇਗਰਾਈਜ਼ਡ ਗੈਂਗਸਟਰ, ਮਤਲਬ ਨਾਮੀ ਗੈਂਗਸਟਰ ਆ, ਉਹਦੇ ਕੋਲੋਂ ਰਿਸ਼ਵਤ ਲੈਂਦਾ ਅਤੇ ਉਹਨੂੰ ਡਰ ਖੌਫ ਕਿਸੇ ਦਾ ਨਹੀਂ, ਅਤੇ ਰਿਸ਼ਵਤ ਵੀ ਆਪਣੇ ਜਿਹੜਾ ਅਕਾਊਂਟ 'ਚ ਲੈਂਦਾ, ਪਹਿਲੇ ਕੈਸ਼ ਵੀ ਪੈਸੇ ਲੈਂਦਾ ਅਤੇ ਅਕਾਊਂਟ 'ਚ ਵੀ ਪੈਸੇ ਲੈਂਦਾ। ਇਹ ਕੀ ਹੈ ਪੂਰਾ ਮਾਮਲਾ? ਅਤੇ ਫਿਰ ਯਾਦ ਆ ਜਾਂਦਾ ਸਰਕਾਰ ਬਦਲੀ, ਸਿਸਟਮ ਹੋਈ। ਬਿਲਕੁਲ ਗੱਲ ਠੀਕ ਆ, ਕੁਵਰੀ ਪ੍ਰਧਾਨ ਨੇ ਸਪਸ਼ਟ ਵਿਧਾਨ ਸਭਾ 'ਚ ਕਿਹਾ ਵੀ ਸਰਕਾਰ ਜਿਹੜੀ ਮਰਜ਼ੀ ਹੋਵੇ ਉਹਨੂੰ ਚਲਾ ਰਿਹਾ ਮਾਫੀਆ ਜੀ। ਪਹਿਲਾਂ ਮੈਂ ਤੁਹਾਡੇ ਮਾਨਸੂਨ ਸਤਰ ਦਾ ਦੇ ਦਾਂ 3 ਦਿਨ ਦਾ ਜਿਹੜਾ ਹੈਗਾ ਜਵਾਬ, ਵੀ ਵਾਕਿਆ ਹੀ ਜਦੋਂ ਇਹ ਵਿਪਕਸ਼ 'ਚ ਰੌਲਾ ਪਾਉਂਦੇ ਸੀ ਜੀ, ਜਿਹੜਾ ਵਿਧਾਨ ਸਭਾ ਸਤਰ ਇੱਕ ਮਹੀਨੇ ਦਾ ਹੋਣਾ ਚਾਹੀਦਾ ਜੀ, ਆ ਕੇ ਇਹਨਾਂ ਸਭ ਤੋਂ ਛੋਟੇ ਕਰਤੇ। ਹੁਣ ਉਹਨਾਂ ਨੇ ਬਾਜਵਾ ਸਾਹਿਬ ਨੇ ਕਿਹਾ ਵੀ ਸਤਰ ਜਿਹੜਾ 10 ਦਿਨ ਵਧਾਓ, ਆਉਂਦੇ ਪਹਿਲਾ ਦਿਨ ਤਾਂ ਸ਼ਰਧਾਂਜਲੀਆਂ 'ਚ ਧਿਆਨਾਕਰਸ਼ਨ ਪ੍ਰਸਤਾਵ 'ਚ ਨਿਕਲ ਜਾਂਦਾ ਜੀ, ਰਹਿ ਗਏ 2 ਦਿਨ, ਇੱਕ ਮੰਦੇ ਮੈਂਬਰ 117 MLA 10-10 ਮਿੰਟ ਵੀ ਦਿਓ ਤਾਂ 2 ਦਿਨ ਤਾਂ ਪੂਰੇ ਹੋ ਨਹੀਂ ਸਕਦੇ ਜੀ। ਸਵਾਲ ਜਵਾਬ ਹੀ ਨਹੀਂ ਹੁੰਦੇ, ਅਸੀਂ ਲੋਕਾਂ ਦੇ ਮੁੱਦੇ ਚੁੱਕਣ ਵਾਸਤੇ ਚੁਣੇ ਹਾਂ ਅਤੇ ਮੁੱਦੇ ਕਿੱਦਾਂ ਇੱਥੇ ਦੱਸਾਂਗੇ ਪ੍ਰੋਬਲਮ ਲੋਕਾਂ ਦੀ ਜੀ, 10 ਦਿਨ ਹੋਰ ਵਧਾਓ। ਪਰ ਉਹਦਾ ਕੋਈ ਜਵਾਬ ਨਹੀਂ ਅਜੇ ਤੱਕ ਆਇਆ ਵੀ 10 ਦਿਨ ਕਿੱਦਾਂ ਵਧਾਏ ਜਾਣਗੇ ਜੀ। ਹੁਣ ਵੇਖੋ ਗੱਲ ਆ ਗਈ FIR ਨੰਬਰ, ਉਹ ਵੇਖੋ ਇੱਕ ਵਿਧਾਨ ਸਭਾ ਸਪੀਕਰ ਜਿਹੜਾ CM ਤੋਂ ਬਾਅਦ ਸਭ ਤੋਂ ਪਾਵਰਫੁਲ ਹੁੰਦਾ ਜੀ, ਮਾਲਕ ਹੁੰਦਾ ਪੰਜਾਬ ਦਾ, ਉਹਨੂੰ ਇੱਕ ASI ਖਿਲਾਫ਼ ਕਾਰਵਾਈ ਕਰਨ ਵਾਸਤੇ ਉਹਨੇ ਕਿਹਾ ਮੈਨੂੰ ਸਦਨ ਦਾ ਸਹਿਯੋਗ ਚਾਹੀਦਾ। ਉਹ ਆਉਂਦੇ ਵੀ ਇੱਕ ASI ਆ, ਫਿਰ ਲਾ ਐਂਡ ਆਰਡਰ ਦੀ ਹਾਲਤ ਇੱਥੇ ਪਤਾ ਲੱਗ ਜਾਣੀ ਚਾਹੀਦੀ ਹੈ। ਮਤਲਬ ਵੀ ਇੱਕ MLA ਨੂੰ ਉਸ ਹਲਕੇ ਦੇ MLA ਵੀ ਆ ਜੀ, ਪੰਜਾਬ ਦੇ ਸਪੀਕਰ ਵੀ ਆ ਜੀ, ਜੇ ਉਹਨਾਂ ਨੂੰ ਇੱਕ ਕਾਰਵਾਈ ਕਰਾਉਣ ਵਾਸਤੇ ਵਿਧਾਨ ਸਭਾ ਜਾਣਾ ਪੈਂਦਾ ਤੇ ਆਮ ਬੰਦੇ ਦਾ ਥਾਣਿਆਂ 'ਚ ਤੇ ਪੁਲਿਸ 'ਚ ਕੀ ਹਾਲ ਹੁੰਦਾ ਹੋਊਗਾ? ਬਿਲਕੁਲ ਹੀ ਪੰਜਾਬ ਦੀ ਕਾਨੂੰਨ ਐਂਡ ਵਿਵਸਥਾ ਦਾ ਅੰਦਾਜ਼ਾ ਲੈ ਸਕਦੇ, ਅੰਦਾਜ਼ਾ ਲਾ ਸਕਦੇ ਹੋ ਵੀ ਕੀ ਇੱਥੇ ਹਾਲ ਹੋਊਗੀ ਜੀ। ਉਹਦੇ ਇੱਕ FIR ਨੰਬਰ ਪੁਲਿਸ ਸਿਟੀ ਥਾਣਾ ਕੋਟਕਪੂਰਾ ਦੇ ਵਿੱਚ 20 ਅਗਸਤ ਨੂੰ ਹੁੰਦੀ ਆ ਜੀ, ਪ੍ਰੈਂਸ਼ਨ ਆਫ ਕਰਪਸ਼ਨ ਐਕਟ 2018 'ਚ ਸ਼ਹਿਰ ਗਏ ਸੀ, ਉਹਨਾਂ ਨਾਲ ਸਾਨੂੰ ਵੀ ਦੱਸਿਆ ਜੀ। ਹਾਂਜੀ, ਸਾਨੂੰ ਵੀ ਉਹਨਾਂ ਨੇ ਦੱਸਿਆ ਸੀ 20 ਅਗਸਤ ਨੂੰ ਆਉਂਦੇ ਜੀ ਹੋਈ ਕੋਟਕਪੂਰਾ ਦੇ ਵਿੱਚ, ਆਉਂਦੇ ਵੀ ਪ੍ਰੈਂਸ਼ਨ ਆਫ ਕਰਪਸ਼ਨ ਐਕਟ ਜੀ 1988 ਅਤੇ ਜਿਹੜਾ ਅਮੈਂਡਮੈਂਟ 2018 Section 7 ਅਗੇਂਸਟ ASI ਬੋਹੜ ਸਿੰਘ ਹੁੰਦੀ ਆ ਜੀ, ਆਉਂਦੇ ਉਹਨੇ ਇੱਕ ਕੈਟੇਗਰਾਈਜ਼ਡ ਗੈਂਗਸਟਰ ਕੋਲੋਂ ਰਿਸ਼ਵਤ ਲਈ ਵੀ ਬੈਂਕ ਖਾਤੇ ਦੇ ਵਿੱਚ ਜੀ, ਪਰ ਕਾਰਵਾਈ ਕੋਈ ਨਹੀਂ FIR ਹੋ ਗਈ ਜੀ, FIR ਹੋ ਗਈ ਨਾ, ਪਰ ਕਾਰਵਾਈ ਕੋਈ ਨਹੀਂ। ਉਹ ਆਉਂਦੇ ਵੀ ਜਿਹੜੀ ਬਿੱਲਾਂ ਲਿਆ ਉਹਨੇ 1 ਲੱਖ ਰੁਪਇਆ ਜੀ, ਫਿਰ ਲਿਆ 50,000 ਦਾ ਚੈੱਕ ਜੀ, ਉਹਨੂੰ ਕੈਸ਼ ਵੀ ਕਰਾਇਆ ਜੀ, ਮਾਮਲਾ ਉਜਾਗਰ ਹੋਣ 'ਤੇ FIR ਤਾਂ ਦਰਜ ਕਰਦੀ, ਪਰ ਉਹਦੀ ASI ਨੂੰ ਬਚਾਇਆ ਜਾ ਰਿਹਾ ਵੀ ਕਿੱਡਾ ਪਾਵਰਫੁੱਲ ASI ਹੋਊਗਾ ਜੀ, ਵੇਖ ਲਓ ਵੀ ਮਾਫੀਆ ਕਿੱਡਾ ਪਾਵਰਫੁੱਲ ਆ। ਅਤੇ ਇਹਦੇ 'ਤੇ ਉਹਨਾਂ ਕਾਰਵਾਈ ਕਰਨ ਲਈ ਮੰਗਲਵਾਰ ਨੂੰ ਵੀ ਇਹਦੇ ਕੀ ਕਾਰਵਾਈ ਰਿਪੋਰਟ ਤਲਬ ਕਰਨ ਲਈ DGP ਨੂੰ ਵਿਧਾਨ ਸਭਾ 'ਚ ਤਲਬ ਕਰ ਲਿਆ ਵੀ ਇਹ ਲੈ ਕੇ ਦੱਸੋ ਵੀ ਕੀ ਕਾਰਵਾਈ ਹੋ ਰਹੀ ਹੈ ਇਹਦੇ ਉੱਤੇ। ਦੇਖੋ ਇਹ ਰਕੇਸ਼ ਜੀ, ਅੱਜ DGP ਸਾਹਿਬ ਆਉਣਗੇ ਉੱਥੋਂ ਫਾਈਲ ਮੰਗਾ ਕੇ, ਅਤੇ ਪਰ DGP ਸਾਹਿਬ ਸਵਾਲ ਇਹ ਹੈ ਆ ਕੇ ਦੱਸਣਗੇ ਕੀ, ਕਹਿਣਗੇ ਕੀ ਹਾਂ ਵੀ ਕਿਉਂ ਨਹੀਂ ਨਜ਼ਰ ਕੀਤੀ। ਹੁਣ ਸੋ ਸਪੀਕਰ ਸਾਹਿਬ ਕਹਿੰਦੇ ਆ ਵੀ ਜੇ ਮੰਤਰੀਆਂ ਅਤੇ ਵਿਧਾਇਕਾਂ ਦੇ ਕਾਰਵਾਈ ਦੇ ਅਫਸਰਾਂ ਦੇ ਕਾਰਵਾਈ ਕਿਉਂ ਨਹੀਂ ਜੀ? ਜਿਹੜੀ ਪੁਲਿਸ ਨੇ ਰੋਜ਼ਾਨਾ ਆਪਣੀ ਡੈਰੀ ਘੱਲਦੇ ਆ, ਕ੍ਰਾਈਮ ਡੈਰੀ ਘੱਲਦੇ ਆ, ਉਹਦੇ ਵਿੱਚ FIR ਦਾ ਜ਼ਿਕਰ ਹੀ ਨਹੀਂ ਕਿਤੇ ਕੀਤਾ। ਅਤੇ ਕੁੰਵਰ ਸਾਹਿਬ ਫਿਰ ਉਹ ਕੁੰਵਰ ਸਾਹਿਬ ਨੂੰ ਸਵਾਲ ਪੁੱਛਦੇ, ਕੁੰਵਰ ਸਾਹਿਬ ਵੀ ਤੁਸੀਂ ਰਹੇ ਜੇ ਇਸੇ ਮਹਿਕਮੇ 'ਚ, ਦੱਸੋ ਵੀ ਇਹਦੇ 'ਤੇ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ, ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ, ਇਹਨੂੰ ਕੀ ਹੋਣਾ ਚਾਹੀਦਾ ਜੀ?
ਕੁੰਵਰ ਸਾਹਿਬ ਕਹਿੰਦੇ ਆ ਵੀ ਸਰਕਾਰ ਵਿੱਚ ਮਾਫੀਆ ਬੜੇ ਸਤਰ ਤੇ ਵੱਡੇ ਸਤਰ ਤੇ ਕੰਮ ਕਰਦਾ, ਬੜੇ ਸਤਰ ਤੇ, ਬਹੁਤ ਲੈਵਲ, ਹਾਈ ਲੈਵਲ ਤੇ। ਇਹ ਜਿਹੜਾ ਵਾਕਿਆ ਵੀ ਕਹਿੰਦੇ ਇਸੇ ਘੜੀ ਦਾ ਹਿੱਸਾ ਜੀ, ਆਂਦੇ ਵੀ ਮੈਨੂੰ 25 ਸਾਲ ਹੋ ਗਏ ਆ ਜੀ ਸਰਕਾਰਾਂ ਦੀ ਕਾਰਵਾਈ ਬਹਿੰਦਿਆਂ, ਮੈਂ ਇਸੇ ਗੈਲਰੀ 'ਚ ਬਹਿੰਦਾ ਰਿਹਾ, ਬੜੀ ਵਾਰੀ ਬੈਠਾ ਜੀ ਕਾਰਵਾਈ ਅਫੀਸਰ ਦੇ ਤੌਰ 'ਤੇ, 25 ਸਾਲ ਨੌਕਰੀ ਕੀਤੀ, 9 ਸਾਲ ਮੇਰੇ ਰਹਿੰਦੇ ਸੀ, ਮੈਂ ਛੱਡਤੀ ਜੀ ਜੀ, ਅਤੇ ਆਉਂਦੇ ਮੈਂ ਬਹਿੰਦਾ ਵੀ ਸਰਕਾਰ ਕੋਈ ਹੋਵੇ ਚਲਾਉਂਦਾ ਉਹਨੂੰ ਮਾਫੀਆ। ਵੇਖੋ ਬੜੀ ਵੱਡੀ ਗੱਲ ਕਹੀ ਹੈ ਆਪਣੀ ਸਰਕਾਰ ਵਿੱਚ, ਕਿਹਾ ਉਹਨਾਂ ਨੇ ਅਗਲੇ ਗੱਲ ਵਿੱਚ ਖੜਾ ਕਰ ਦਿੱਤਾ ਹੈ। ਤੁਸੀਂ ਦੇਖੋ ਅਤੇ ਆਮ ਬੰਦੇ ਦਾ, ਜਿਵੇਂ ਤੁਸੀਂ ਆਖਿਆ ਰਕੇਸ਼ ਜੀ, ਇੱਕ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਦਨ ਦੀ ਮਦਦ ਲੈਣੀ ਪੈ ਰਹੀ ਹੈ ਵੀ ਇਹਦੇ ਉੱਤੇ, ਕਿਉਂਕਿ ਦੇਖੋ ਰਕੇਸ਼ ਜੀ ਇਹ ਕਹਿ ਕੇ ਨਾ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕਹਿ ਕੇ ਇੱਕ ਹਿਸਾਬ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਟਕੜੇ 'ਚ ਖੜਾ ਕਰਤਾ, ਕਰਤਾ, ਕਿਉਂਕਿ ਗ੍ਰਹਿ ਮੰਤਰਾਲਿਆ ਉਹਨਾਂ ਕੋਲ ਹੈ ਅਤੇ ਸਾਰੀ ਪੁਲਿਸ ਉਹਨਾਂ ਦੇ ਅੰਡਰ ਆਉਂਦੀ, ਅਤੇ ਜੇ ਪੁਲਿਸ ਕੋਈ ਠੀਕ ਕੰਮ ਨਹੀਂ ਕਰਦੀ ਜਾਂ ਕੋਈ ਕਾਰਵਾਈ ਨਹੀਂ ਕਰਦੀ ਜਾਂ ਕੋਈ ਮਾੜਾ ਚੰਗਾ ਕੰਮ ਕਰਦੀ ਤਾਂ ਜਵਾਬ ਦੇ, ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਬਣਦੇ ਨੇ ਜੇ ਉਹ ਆਉਂਦੇ ਜੀ, ਮੁਕੱਦਮਾ ਜ਼ਰੂਰ 6-6, 7-8, 10-10 ਸਾਲ ਚੱਲ ਜਾਂਦਾ ਜੀ, ਪਰ ਇਹਨਾਂ ਨੂੰ ਬੈਨੀਫਿਟ ਡੋਡ ਮਿਲ ਜਾਂਦਾ, ਇਹ ਗਵਾਹ ਨੂੰ ਬਹਾ ਲੈਂਦੇ ਜਾਂ ਕੁਛ ਕਰ ਲੈਂਦੇ ਆ, ਇਹਨੂੰ ਸਜ਼ਾ ਨਹੀਂ ਕੋਈ ਹੁੰਦੀ। ਪਰ ਕਿਹਾ ਜੀ ਤੁਸੀਂ ਦੇਖੋ ਵਿਜੀਲੈਂਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਨੇ ਜਿਹੜੇ ਕਿ ਪੁਰਾਣੇ ਅਸੀਂ ਜਾਤੀ ਜੇ ਮਾਰ ਲਈਏ, ਅਤੇ ਜਿਹੜੀ ਰੇਸ਼ੋ ਆ ਨਾ ਜੀ ਸਜ਼ਾ ਹੁੰਦੀ ਰੇਸ਼ੋ, ਉਹ ਬਹੁਤ ਥੋੜ੍ਹੀ ਹੈ। ਜਿਵੇਂ ਤੁਸੀਂ ਕਿਹਾ ਕਿ ਇਹ ਲੋਕ ਪ੍ਰਭਾਵਿਤ ਕਰ ਲੈਂਦੇ ਨੇ ਕਿਉਂਕਿ ਇਹ ਪਾਵਰਫੁੱਲ ਲੋਕ ਹੁੰਦੇ ਨੇ, ਅਤੇ ਆਮ ਬੰਦਾ ਕਰੇ ਤਾਂ ਕਰੇ ਕਿ ਉਹ ਤਾਂ ਖਹਿੜਾ ਛੁਡਾਉਣਾ ਚਾਹੁੰਦਾ ਆਪਣਾ ਵੀ ਦਫਾ ਕਰ ਯਾਰ ਮੈਂ ਕਿਹਾ। ਗੱਲ ਇੱਦਾਂ ਹੈਗੀ ਆ ਵੀ ਜਿਹੜਾ ਕਰਪਟ ਫੜਿਆ ਜਾਂਦਾ ਉਸ ਤੋਂ ਵਧੀਆ ਪੋਸਟ 'ਤੇ ਆ ਕੇ ਲੱਗਦਾ ਜਦੋਂ ਬਹਾਲ ਹੁੰਦਾ ਜੀ। ਅਤੇ ਆਹ ਵੇਖੋ ਵੀ ਅੰਮ੍ਰਿਤਸਰ 'ਚ ਇੱਕ ਵਾਰੀ ਇੱਕ ਪੁਲਿਸ ਅਫਸਰਾਂ ਦੀ ਕਿੱਡੀ ਵੀਡੀਓ ਵਾਇਰਲ ਹੋਈ ਸੀ ਜੀ, ਕਿੰਨਾ ਨੈਕਸਸ ਬਣਿਆ ਗਏ, ਕਈ ਅਫਸਰ ਤਬਦੀਲ ਹੋ ਗਏ ਸੀ ਜੀ ਜੀ, ਸਾਰੇ ਮੁੜ ਉੱਥੇ ਉੱਥੇ ਲਾਗੇ ਲਾਗੇ ਆ ਕੇ ਲੱਗੇ। ਫਿਰ ਵੇਖੋ ਉਹਨਾਂ ਨੇ ਕਿਹਾ ਸੀ ਕੱਲ੍ਹ ਇਹ ਵੀ ਬੜੀ ਵੱਡੀ ਗੱਲ, 6 ਮਹੀਨੇ ਬਾਅਦ ਆ ਕੇ ਵੀ ਵੇਖੋ ਪੁਲਿਸ ਦਾ ਅਤੇ ਗੈਂਗਸਟਰ ਦਾ ਨੈਕਸਸ ਹੈਗਾ। ਹਾਂ ਬਿਲਕੁਲ, ਇਹ 'ਚ ਕੋਈ ਦੋ ਰਾਏ ਨਹੀਂ। ਅਫੀਸਰਾਂ ਦਾ ਆਸ਼ੀਰਵਾਦ ਆ ਜੀ, ਦੜਾ ਸੱਟੇ ਕਾਰੋਬਾਰੀ ਜੇ ਕੋਈ ਫੰਕਸ਼ਨ ਕਰਦੇ ਆ ਜੀ, ਉੱਥੇ ਵੱਡੇ ਵੱਡੇ ਪੁਲਿਸ ਅਫਸਰ ਕੀ ਕਰਨ ਜਾਂਦੇ ਆ, ਇਹਨਾਂ ਨੂੰ ਕੋਈ ਪੁੱਛਣਾ ਨਹੀਂ। ਪੁਲਿਸ ਅਫਸਰ ਦੀ ਵੀਡੀਓ ਵੀ ਘੁੰਮੀ ਸੀ, ਆਹ ਬੜਾ ਕੀ ਕਰਨ ਜਾਂਦੇ, ਵੱਡੇ ਵੱਡੇ ਲੀਡਰ ਉੱਥੇ ਕੀ ਕਰਨ ਜਾਂਦੇ, ਕਿਉਂ ਛਾਲਾਂ ਪਵਾਉਂਦੇ ਆਪਣੇ ਗੱਲ ਦੇ ਵਿੱਚ, ਇਹੋ ਜਿਹੇ ਲੀਡਰਾਂ ਦੀ ਅਤੇ ਇਲੈਕਸ਼ਨ ਲੜਨਾ ਬੈਨ ਕਰ ਦੇਣਾ ਚਾਹੀਦਾ। ਕੇ ਜੀ ਦੇਖੋ ਇਹ ਸਰਕਾਰ ਨੂੰ ਚੁਣਿਆ ਸੀ ਲੋਕਾਂ ਨੇ ਬਦਲਾਅ ਵਾਸਤੇ, ਇਹ ਪਤਾ ਨਹੀਂ ਸੀ ਕਿ ਇਹਨਾਂ ਨੂੰ ਵੀ ਇਹ ਵੀ ਆ ਕੇ ਜਦੋਂ ਉਸ ਸੇਮ ਗੱਡੀਆਂ ਮਿਲਣਗੀਆਂ ਜਾਂ ਉਹਨਾਂ ਦੀਆਂ ਸੀਟਾਂ 'ਤੇ ਬਹਿਣਗੇ, ਇਹ ਵੀ ਉਸੇ ਰੰਗ 'ਚ ਰੰਗੇ ਜਾਣਗੇ, ਇਹ ਵੀ ਉਸੇ ਰੰਗ 'ਚ ਰੰਗੇ ਗਏ। ਦੇਖੋ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਜੀ, ਇੱਕ ਹੋਰ ਗੱਲ ਕਹੀ ਹੈ, ਉਹਨਾਂ ਨੇ ਐਡਰੈਸ ਕੀਤਾ ਸਿੱਧਾ ਚੇਅਰ ਨੂੰ, ਉਹ ਕਹਿੰਦੇ ਵੀ ਸਰ ਸੰਧਵਾ ਸਾਹਿਬ ਤੁਹਾਡੇ ਕੋਲ ਪਾਵਰ ਆ, ਇਹ ਕੁਰਸੀ ਕੋਲ ਬਹੁਤ ਪਾਵਰ ਆ, ਬਹੁਤ ਤਾਕਤ ਆ, ਕਹਿੰਦੇ ਸਾਨੂੰ ਬੋਲਣ ਦਾ ਮੌਕਾ ਦਿਓ ਵੀ ਕਿੰਨਾ ਹਾਲਾਤਾਂ ਦੇ ਵਿੱਚ ਮੈਂ ਨੌਕਰੀ ਛੱਡੀ, 9 ਸਾਲ ਪਏ ਸੀ ਮੇਰੀ ਨੌਕਰੀ ਨੂੰ, ਅਤੇ ਕਹਿੰਦੇ ਉਹ ਫਿਰ ਉਹ ਬਣਿਆ ਗਿਆ। ਆਉਂਦੇ ਮੈਂ 2006 ਤੋਂ ਅਫੀਸਰ ਗੱਡੀ ਚੱਲਦਾ ਬੈਠਾ ਰਿਹਾ ਜੀ, ਆਉਂਦੇ ਸਰਕਾਰ ਚੱਲਣ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਮਾਫੀਆ ਦਾ ਹੁੰਦਾ, ਮਾਫੀਆ ਸਭ ਨੂੰ ਕੰਟਰੋਲ ਕਰਦਾ। ਕਿ ਜੀ ਉਹਨਾਂ ਨੇ ਇੱਕ ਸੁਝਾਅ ਵੀ ਦਿੱਤਾ ਸੀਗਾ ਕਿ ਉਹ ਕਹਿੰਦੇ ਵੀ ਜੇ 23 ਜ਼ਿਲ੍ਹੇ ਨੇ ਪੰਜਾਬ ਦੇ, ਅਤੇ ਵੀ ਜੀ ਇਹਨਾਂ ਦੇ ਰੋਟੇਸ਼ਨ ਵਾਈਜ਼ ਦੀ ਬਦਲੀ ਕਰਤੀ ਜਾਵੇ। ਬਿਲਕੁਲ, ਆਉਂਦੇ ਵੀ 1.5-2-2 ਸਾਲ ਇਹਨਾਂ ਦੀ ਹਰ ਜ਼ਿਲ੍ਹੇ 'ਚ ਲਵਾਓ, ਹਾਂ ਆਉਂਦੇ ਨੈਕਸਸ ਆਪਣੇ ਆਪ ਹੀ ਟੁੱਟ ਜੂ, ਇਹਨਾਂ ਨੈਕਸਸ ਬਣ ਨਹੀਂ ਸਕਦਾ। ਤੀ ਵੇਖੋ ਭੰਡਾਰੀ ਸਾਹਿਬ, ਕਿਸੇ ਪੁਲਿਸ ਅਫਸਰ ਦੀ ਨੌਕਰੀ ਕਢਾ ਲਓ ਜੀ, ਜੇ ਸਿਪਾਹੀ ਤੋਂ ਲੈ ਕੇ ਡਿਪਟੀ ਤੱਕ ਉਸੇ ਜ਼ਿਲ੍ਹੇ ਦੇ ਲਾਗੇ ਲਾਗੇ ਮੰਡਰਾਉਂਦਾ ਰਹੂਗਾ, ਹੋਰ ਕਿਤੇ ਨੌਕਰੀ ਨਹੀਂ ਕਰਦਾ। ਜੇ ਲੁਧਿਆਣੇ ਵਾਲਾ ਲੁਧਿਆਣੇ ਰੇਂਜ 'ਚ ਲੱਗਾ ਰਹਿਣਾ, ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਰੇਂਜ 'ਚ ਲੱਗਾ ਰਹਿਣਾ ਜੀ, ਜੇ ਕੋਈ ਜਲੰਧਰ ਵਾਲਾ ਜਲੰਧਰ ਰੇਂਜ 'ਚ ਲੱਗਾ ਰਹਿਣਾ ਜੀ, ਹਰ ਇੱਕ ਨੂੰ ਆਪਣਾ ਆਪਣਾ ਜ਼ਿਲ੍ਹਾ ਮਾਫਕ ਆਇਆ ਹੁੰਦਾ, ਉੱਥੇ ਲਿੰਕ ਬਣੇ ਹੁੰਦੇ ਆ ਜੀ, ਉੱਥੇ ਉਹਨਾਂ ਦੇ ਦਲਾਲ ਘੁੰਮਦੇ ਆ, ਉੱਥੇ ਉਹ ਕਾਰਵਾਈਆਂ ਹੁੰਦੀਆਂ। ਆਉਂਦੀ ਸੀ ਤਾਂ ਗੱਲ ਕਰਦੇ ਏ ਐੱਸ ਆਈ ਬੋਹੜ ਸਿੰਘ ਦੀ ਜੀ, ਇੱਥੇ ਇੱਕ ਹੈਲਥ ਡਿਪਾਰਟਮੈਂਟ ਦੇ ਵਿੱਚ ਇੱਕ ਡਾਕਟਰ ਦੀ ਵੀਡੀਓ ਵਾਇਰਲ ਹੋ ਗਈ, ਉਹ ਇੱਕ ਏਜੰਟ ਨੂੰ ਨਾਲ ਭਾ ਕੇ ਦਵਾਈਆਂ ਵਾਲੇ ਨੂੰ ਏਜੰਟ ਮਰੀਜ਼ ਵੇਖ ਰਿਹਾ ਜੀ, ਉਹਦੀ ਇੰਕੁਆਇਰੀ ਹੋ ਗਈ, ਅਧਿਕਾਰੀਆਂ ਦੇ ਖਿਲਾਫ ਲਿਖਤਾ, ਅਤੇ ਵੇਖ ਲਓ ਵੀ ਉਹ ਕਿੱਡਾ ਮਾਫੀਆ, ਫਿਰ ਉਹ ਮਾਫੀਆ ਆ ਗਿਆ ਨਾ ਕੰਟਰੋਲ ਕਰਦਾ, ਮਤਲਬ ਹਰ ਡਿਪਾਰਟਮੈਂਟ, ਹਰ ਡਿਪਾਰਟਮੈਂਟ 'ਚ ਮਾਫੀਆ,
ਹੈਲਥ ਡਿਪਾਰਟਮੈਂਟ 'ਚ ਵੀ ਮਾਫੀਆ ਜੀ, ਉਹ ਮਾਫੀਆ ਬੰਦਾ ਕਿੱਡਾ ਪਾਵਰਫੁਲ ਹੋਊ ਜੀ ਵੀ ਉਹਨੂੰ ਸਿਹਤ ਮੰਤਰੀ ਸਾਹਿਬ ਹਿਲਾ ਨਹੀਂ ਸਕੇ ਉਹਦੀ ਜਗ੍ਹਾ ਦੇ ਉੱਤੋਂ, ਅਧਿਕਾਰੀ ਦੇ ਲਿਖਣ ਦੇ ਬਾਵਜੂਦ। ਫਿਰ ਤੁਸੀਂ ਵੇਖੋ ਵੀ ਕੱਲ੍ਹ ਨੂੰ ਕਿਹੜੇ ਅਧਿਕਾਰੀ ਦੀ ਬੰਦਾ ਸੁਣੂਗਾ, ਉਹ ਡਾਕਟਰ ਦੀ, ਡਾਕਟਰ ਕਿਸੇ ਅਧਿਕਾਰੀ ਸੁਣੂ, ਉਹ ਕਹੂਗਾ ਮੈਰੀ ਤਾਂ ਹੈਲਥ ਅਫਸਰ ਤੋਂ ਉੱਤੇ ਆ, ਸਿੱਧੀ ਸੈਟਿੰਗ, ਮੇਰੀ ਹੈਲਥ ਅਫਸਰ ਨਾਲ ਸਿੱਧੀ ਸੈਟਿੰਗ ਆ, ਹੈਲਥ ਅਫਸਰ ਨਹੀਂ ਮੈਨੂੰ ਹਿਲਾ ਸਕਿਆ, ਮੈਂ ਜੋ ਮਰਜ਼ੀ ਕਰਾਂ ਉਹ ਤਾਂ ਗਰੀਬਾਂ ਦਾ ਖੂਨ ਚੂਸੂਗਾ ਨਾ, ਇੱਦਾਂ ਦਾ ਬੋਰਡ ਸਿੰਘ ਮਗਾ ਮਤਲਬ ਉਹ ਕਵਰ ਸਾਹਿਬ ਨੇ ਕਿਹਾ ਵੀ ਇਹ ਮਾਫੀਆ, ਇਹ ਨਹੀਂ ਵੀ ਕਰਪਸ਼ਨ ਇਕੱਲੀ ਪੁਲਿਸ 'ਚ ਆ, ਹਰ ਹਰ ਡਿਪਾਰਟਮੈਂਟ ਦੇ ਵਿੱਚ ਪੁਲਿਸ ਹੈਗੀ ਆ, ਕਰਪਸ਼ਨ ਹੈਗੀ ਆ। ਜਿੱਦਾਂ ਤੁਹਾਨੂੰ ਹੁਣੇ ਮੈਂ ਹੈਲਥ ਦੀ ਗੱਲ ਦੱਸੀ ਆ ਵੀ ਸਿਹਤ ਮੰਤਰੀ ਇੱਕ ਉਹ ਡਾਕਟਰ ਨੂੰ ਨਹੀਂ ਬਦਲ ਸਕਦਾ ਜਿਹਦੀ ਵੀਡੀਓ ਵਾਇਰਲ ਹੋ ਗਈ, ਜਿਹਦੇ ਸਟਿੰਗ ਹੋ ਗਏ, ਜਿਹਦੀ ਇੰਕੁਆਇਰੀ ਹੋ ਗਈ, ਦੋਸ਼ੀ ਪਾਇਆ ਗਿਆ, ਸਿਹਤ ਮੰਤਰੀ ਦੀ ਜ਼ਰੂਰਤ ਨਹੀਂ ਵੀ ਉਹ ਡਾਕਟਰ ਨੂੰ ਬਦਲ ਦੇ, ਕਿਉਂ ਨਹੀਂ ਬਦਲ, ਕੀ ਪ੍ਰਭਾਵ ਹੈਗਾ ਜੀ, ਕੀ ਹੈਗਾ ਦਬਾਅ ਸਿਹਤ ਮੰਤਰੀ ਦੇ ਉੱਤੇ ਵੀ ਤੁਸੀਂ ਕਦ ਲਈ ਬਦਲਾਅ ਵਾਲੀ ਸਰਕਾਰ ਦੇ ਮੰਤਰੀ ਬਣੇ ਜੇ ਤੁਸੀਂ ਗਲਤ ਨੂੰ ਗਲਤ ਕਹਿਣ ਦੇ ਮੰਤਰੀ ਰੱਖਦੇ, ਵੈਸੇ ਫਿਰ ਠੀਕ ਕਿਉਂ ਕਹਿੰਦੇ ਜੇ। ਇੱਕ ਜਿਹੜੀ ਕੱਲ੍ਹ ਜਿਹੜੀ ਨਾ ਬਦਲਾਅ ਦੇਖਣ ਨੂੰ ਮਿਲਿਆ ਸਦਨ ਦੇ ਵਿੱਚ, ਕੱਲ੍ਹ ਵੀ ਅਤੇ ਅੱਜ ਵੀ, ਕਿ ਹੁਣ ਜਿਹੜੇ ਜਿਹੜੇ MLA ਸਾਹਿਬ ਨੇ ਨਾ ਉਹ ਸਵਾਲ ਚੁੱਕਣ ਲੱਗ ਪਏ ਉਹਨਾਂ ਨੇ, ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ 2-2.5 ਸਾਲ ਤਾਂ ਸਾਡੇ ਲੰਘ ਗਏ, ਮਤਲਬ ਹਨੀਮੂਨ ਪੀਰੀਅਡ ਮੁੱਕ ਗਿਆ, ਵੀ 2027 ਆਉਣ ਵਾਲਾ ਹੀ ਆ। ਆਪਾਂ ਲੋਕ ਸਭਾ ਇਲੈਕਸ਼ਨ 'ਚ ਦੇਖ ਹੀ ਲਿਆ ਵੀ ਕੀ ਹਾਲਾਤ ਹੋਏ ਇਹਨਾਂ ਦੇ, ਸੀਟਾਂ ਜਿਹੜੀਆਂ 13-3 ਹੀ ਮਿਲੀਆਂ। ਹੁਣ ਉਹਨਾਂ ਨੂੰ ਇਹ ਪਤਾ ਵੀ ਬਈ ਸਾਡੀ ਕਿਤੇ ਬੱਸ ਅਗਲੀ ਵਾਰੀ ਲੰਘ ਨਾ ਜਾਵੇ, ਵੀ ਅਸੀਂ ਲੋਕਾਂ ਦੀ ਗੱਲ ਕਰੀਏ, ਇਸ ਕਰਕੇ ਲੋਕਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਗਈ। ਵੀ ਜੇ ਦੁਬਾਰਾ ਵਿਧਾਨ ਸਭਾ ਜਾਣਾ ਤਾਂ ਲੋਕਾਂ ਦੀ ਗੱਲ ਕਰਨਾ ਪੈਣੀ, ਲੋਕਾਂ ਕਹਿਣਾ ਵੀ ਮੂੰਹ 'ਚ ਘੁੰਗਣੀਆਂ ਪਾ ਕੇ ਕਿਉਂ ਬੈਠੇ ਜੇ, ਜਿੱਦਾਂ ਹੀ ਤੁਹਾਨੂੰ ਕੀਤੀ ਸਿਹਤ ਮੰਤਰੀ ਦੀ ਗੱਲ ਦੱਸੀ ਆ ਜੀ, ਵੀ ਇੱਕ ਕਰਪਟ ਡਾਕਟਰ ਨੂੰ ਬਦਲ ਨਹੀਂ ਸਕੇ ਹੋ ਜੀ, ਤੇ ਫਿਰ ਕਾਹਦਾ ਸਿਹਤ ਮੰਤਰੀ, ਸਿਹਤ ਮੰਤਰੀ ਨੂੰ ਰਿੰਗ ਕਰ ਦੇਣਾ ਚਾਹੀਦਾ ਜੀ। ਵੈਸੇ ਨਾ ਜੇ ਨਹੀਂ ਬਦਲ ਸਕਦੇ ਇਹਦੇ ਤੇ, ਅੱਜ ਦੇਖੋ DGP ਸਾਹਿਬ ਪਤਾ ਨਹੀਂ ਕੀ ਆ ਕੇ ਆਪਣੀ, ਹਾਂਜੀ ਦੇਖੋ ਕੁੰਵਰ ਸਾਹਿਬ ਦੀ ਹੋਰ ਗੱਲ ਪਹਿਲਾਂ ਕਰ ਲਈਏ। ਕੁੰਵਰ ਸਾਹਿਬ ਨੇ ਇਹ ਵੀ ਕਿਹਾ ਵੀ ਆਉਂਦੇ ਵੀ ਪਵਿੱਤਰ ਸਦਨ ਕੋਲ ਬੜੀ ਵੱਡੀ ਪਾਵਰ ਆ, ਸਪੀਕਰ ਸਾਹਿਬ ਤੁਹਾਡੇ ਕੋਲ ਬਹੁਤ ਵੱਡੀ ਪਾਵਰ ਆ ਜੀ, ਆਉਂਦੇ ਜੇ ਅਸੀਂ ਸਾਰੇ ਰਲ ਕੇ ਇਹ ਮਾਫੀਆ ਦੇ ਰੋਲ ਨੂੰ ਬ੍ਰੇਕ ਕਰ ਦਈਏ ਤਾਂ ਰਾਮ ਰਾਜ ਹੋ ਜਾਊਗਾ। ਜਿੱਦਾਂ ਮੈਂ ਕਿਹਾ ਵੀ ਜੇ ਉਹ ਅੱਜ ਡਾਕਟਰ ਨੂੰ ਬਦਲ ਦਿੰਦੇ ਆ ਤਾਂ ਰਾਮ ਰਾਜ ਆਪੇ ਹਸਪਤਾਲਾਂ 'ਚ ਆਜੂਗਾ, ਅਗਲੇ ਡਾਕਟਰਾਂ ਵਾਸਤੇ ਇੱਕ ਇਗਜ਼ਾਮਪਲ ਸੈੱਟ ਹੋ ਜੂਗੀ ਵੀ ਆਹ ਯਾਰ ਕਰਪਟ ਬੰਦਾ ਸੀ ਇੱਥੇ ਗਲਤ ਕੰਮ ਕਰਦਾ ਸੀ, ਇਹਨੂੰ ਸਰਕਾਰ ਨੇ ਬਦਲਤਾ, ਖੌਫ ਪੈਦਾ ਹੋ ਜਾਏਗਾ, ਖੌਫ ਪੈਦਾ ਹੋ ਜੂਗਾ ਤੇ ਆਪੇ ਗਲਤ ਕੰਮ ਕਰ ਨਾ ਕਰਨਗੇ ਜੀ। ਉਹਨਾਂ ਦੇ ਵੀ ਵੈਸੇ ਇਹਨਾਂ ਭ੍ਰਿਸ਼ਟ ਅਧਿਕਾਰੀਆਂ ਨੂੰ ਬਚਾਉਂਦਾ ਕੌਣ ਆ, ਹਰ ਸਰਕਾਰ ਵਿੱਚ ਮਾਫੀਆ ਕੰਮ ਕਰਦਾ, ਇਹਨਾਂ ਨੂੰ ਕੌਣ ਬਚਾਉਂਦਾ ਕੌਣ। ਹੁਣ ਕੁੰਵਰ ਸਪੀਕਰ ਸਾਹਿਬ ਨੇ ਇਹ ਵੀ ਪੁੱਛਿਆ DGP ਨੂੰ ਵੀ ਕੀ ਇਹਦੇ 311 ਲੱਖ ਸਕਦੀ, ਦੇਖੋ ਸਪੀਕਰ ਸਾਹਿਬ ਨੇ ਕੀ ਕਾਰਵਾਈ ਹੋ ਸਕਦੀ ਆ, ਆਪਣੀ ਹੀ ਸਰਕਾਰ ਨੂੰ ਕਟਗਰੇ 'ਚ ਖੜਾ ਕਰਤਾ। ਹੁਣ DGP ਸਾਹਿਬ ਦੇਖੋ ਆ ਕੇ ਕੀ ਬਿਆਨ ਦਿੰਦੇ ਹੋ, ਅਤੇ ਚਲੋ ਆਪਣੇ ਦਰਸ਼ਕਾਂ ਨੂੰ ਅਸੀਂ ਸ਼ਾਮ ਨੂੰ ਦੱਸ ਦਿਆਂਗੇ, ਪਰ ਸਵਾਲ ਤਾਂ ਕਿਸ ਜੀ ਇਹ ਹੈ, ਕੱਲ੍ਹ ਜਿਵੇਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਲਾਅ ਐਂਡ ਆਰਡਰ 'ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਖਰੜ ਜੇਲ੍ਹ 'ਚ ਤੁਹਾਡੇ SP ਨੇ ਲਾਰਸ ਬਿਸ਼ਨੋਈ ਨੂੰ ਫੋਨ ਆਪਣਾ ਦੇ ਕੇ ਇੰਟਰਵਿਊ ਕਰਾਈ, ਉਹਦੇ 'ਤੇ ਰਕੇਸ਼ ਜੀ ਦੇਖ ਲਓ ਸਾਬਤ ਹੋ ਗਿਆ, ਉਹਦੇ 'ਤੇ ਨਾ ਤਾਂ DGP ਸਾਹਿਬ ਦਾ ਕੋਈ ਬਿਆਨ ਆਇਆ, ਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਬਿਆਨ ਆਇਆ। ਚੀਮਾ ਜੀ ਨੇ ਕਹਿਤਾ ਜੀ ਮਾਮਲਾ ਕੋਰਟ 'ਚ ਆ, ਕੋਰਟ ਨੇ ਸਾਰਿਆਂ ਨੋਟਿਸ ਕਰਤਾ, ਇਹ 'ਤੇ ਚਰਚਾ ਹੀ ਨਹੀਂ ਹੋ ਸਕਦੀ। ਹੁਣ ਵੇਖੋ ਸਪੀਕਰ ਸਾਹਿਬ ਇਹ ਵੀ ਕਹਿੰਦੇ ਆ ਵੀ ਕਹਿੰਦੇ ਜਦੋਂ ਵਾੜ ਹੀ ਖੇਤਾਂ ਨੂੰ ਖਾਣ ਲੱਗੇ ਤਾਂ ਇਹ ਗੱਲ ਬਰਦਾਸ਼ਤ ਨਹੀਂ ਹੋ ਸਕਦੀ, ਉਹ 'ਤੇ ਸਖ਼ਤ ਕਾਰਵਾਈ ਹੋ ਸਕਦੀ ਆ। ਉਹਨਾਂ ਸਪੀਕਰ ਸਾਹਿਬ ਨੇ DG ਕੋਲ ਰਿਪੋਰਟ ਮੰਗੀ ਕਿ ਸਮੁੰਦਰ ਪੁਲਿਸਕਰਮੀ ਦੇ ਖਿਲਾਫ਼ IPC ਦੀ ਧਾਰਾ 311 ਜਿਹੜੀ ਉਹਦੇ ਕੋਈ ਕੀਤ ਕਾਰਵਾਈ ਨਹੀਂ ਹੋ ਸਕਦੀ, ਆਉਂਦੇ ਮੰਗਲਵਾਰ ਨੂੰ ਰਿਪੋਰਟ ਪੇਸ਼ ਕਰੋ। ਅਤੇ ਕੁੰਵਰ ਸਾਹਿਬ ਕਹਿੰਦੇ ਵੀ ਪੁਲਿਸ ਅਤੇ ਗੈਂਗਸਟਰਾਂ ਦਾ ਨੈਕਸ ਜਿਹੜਾ ਤੋੜਨਾ ਬਹੁਤ ਜ਼ਰੂਰੀ ਆ, ਅਤੇ ਸਰਕਾਰ ਨੂੰ ਨਈ ਤਬਾਦਲਾ ਨੀਤੀ, ਇਹ ਨਹੀਂ ਇਕੱਲੀ ਪੁਲਿਸ 'ਚ ਲਾਓ, ਸਾਰਿਆਂ 'ਚ ਲਿਆਓ, 2-2 ਸਾਲ ਸਾਰਿਆਂ ਜ਼ਿਲ੍ਹਿਆਂ 'ਚ ਲਵਾਓ, ਅਤੇ ਨੌਕਰੀ ਖਤਮ ਹੋ ਜੂਗੀ, ਅਤੇ ਨੈਕਸ ਬਣੂਗਾ ਹੀ ਨਹੀਂ ਕਿਤੇ। ਤੁਸੀਂ ਵੇਖੋ ਪ੍ਰਗਟ ਸਿੰਘ ਹੋਣਾ ਵੀ ਕਿਹਾ ਉਹ 'ਚ ਬੋਲੇ ਆ, ਉਹ ਆਉਂਦੇ ਵੀ ਕਈ ਜਿਹੜੇ ਪੁਲਿਸ ਦੇ ਵਿੱਚ ਮੌਜੂਦ ਬਲੈਕ ਸ਼ੀਪ ਜਿਹੜੀਆਂ ਹੈਗੀਆਂ ਉਹਨਾਂ ਦੀ ਪਹਿਚਾਣ ਕਰਨੀ ਬੜੀ ਜ਼ਰੂਰੀ ਆ ਜੀ। ਉਹਨਾਂ ਕਿਹਾ ਵੀ ਹਰ ਪੁਲਿਸ ਥਾਣੇ ਦੇ ਵਿੱਚ ਕਰੀਬ 3-4 ਪੁਲਿਸ ਕਰਮੀ ਇੱਦਾਂ ਦੇ ਜਿਹੜੇ ਨਸ਼ੇੜੀ ਆ,
ਆਂਦੇ ਜੇ ਥਾਣਿਆਂ 'ਚ ਇੱਦਾਂ ਦੇ ਹਾਲਾਤ ਹੋਣਗੇ ਤਾਂ ਪ੍ਰਦੇਸ਼ ਦੇ ਹਾਲਾਤ ਕਿੱਦਾਂ ਸੁਧਰਨਗੇ? ਰਕੇਸ਼ ਜੀ, ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਪੰਜਾਬ ਦੇ, ਕਾਂਗਰਸ ਸਰਕਾਰ ਸੀ, ਅਤੇ ਬੜਾ ਇੱਕ ਵਾਰੀ ਚਰਚਾ ਛਿੜੀ ਸੀ ਕਿ ਪੁਲਿਸ ਵਾਲਿਆਂ ਦਾ ਡੋਪ ਟੈਸਟ ਕਰਵਾਇਆ ਜਾਏ, ਉਹਦਾ ਬੜਾ ਵਿਰੋਧ ਵੀ ਹੋਇਆ ਸੀ। ਅਤੇ ਇਹ ਕੱਲ੍ਹ ਪ੍ਰਤਾਪ ਸਿੰਘ ਪ੍ਰਗਟ ਸਿੰਘ ਨੇ ਫਿਰ ਇਹ ਗੱਲ ਆਖੀ ਹੈ, ਕਹਿੰਦੇ ਮੈਂ ਦੋ ਮੁੱਖ ਮੰਤਰੀਆਂ ਨੂੰ ਇਹ ਬੇਨਤੀ ਕਰ ਚੁੱਕਿਆਂ ਵੀ ਸਾਰੇ ਪੁਲਿਸ ਵਾਲਿਆਂ ਦਾ ਜਿਹੜਾ ਡੋਪ ਹੋਣਾ ਟੈਸਟ ਹੋਣਾ ਚਾਹੀਦਾ, ਤਾਂ ਕਿ ਪਤਾ ਲੱਗ ਸਕੇ। ਇਹ ਨਹੀਂ ਵੀ ਉਹਨਾਂ ਨੂੰ ਕੱਢਣਾ ਆਪਾਂ ਨੌਕਰੀ ਤੋਂ, ਜਿਹੜਾ ਕੋਈ ਨਸ਼ਾ ਕਰਦਾ ਉਹਦਾ ਇਲਾਜ ਕਰਾਇਆ ਇਲਾਜ ਹੋਣਾ ਚਾਹੀਦਾ, ਕੱਢਣਾ ਨਹੀਂ ਚਾਹੀਦਾ, ਉਹ ਇਨਸਾਨ ਆ। ਉਹ ਕਹਿੰਦੇ ਵੀ ਮੇਰੀ ਗੱਲ ਨੂੰ ਇਹ ਕਰਕੇ ਕਹਿ ਕੇ ਹਮੇਸ਼ਾ ਟਾਲ ਦਿੱਤਾ ਜਾਂਦਾ ਰਿਹਾ, ਮੈਨੂੰ ਇਹ ਕਹਿ ਦਿੱਤਾ ਜਾਂਦਾ ਰਿਹਾ ਵੀ ਇਹਦੇ ਨਾਲ ਪੁਲਿਸ ਦਾ ਮਨੋਬਲ ਡਿੱਗੇਗਾ। ਅਤੇ ਜਦੋਂ ਪੁਲਿਸ ਵਾਲੇ ਰਿਸ਼ਵਤ ਲੈਂਦੇ ਆ ਜਾਂ ਗੈਂਗਸਟਰਾਂ ਨੂੰ ਸ਼ੈਲਟਰ ਕਰਦੇ ਆ, ਦੜੇ ਸੱਟੇ ਕਾਰੋਬਾਰੀਆਂ ਨੂੰ ਸ਼ੈਲਟਰ ਕਰਦੇ ਆ, ਉਦੋਂ ਉਹਨਾਂ ਦਾ ਮਨੋਬਲ ਨਹੀਂ ਡਿੱਗਦਾ। ਦੜੇ ਸੱਟੇ ਕਾਰੋਬਾਰੀਆਂ ਨਾਲ ਉਹਨਾਂ ਨੇ ਆਪਣੇ ਪੈਸੇ ਵਿਆਜਾਂ 'ਤੇ ਲਾਏ ਆ। ਜੇ ਦੜੇ ਸੱਟੀ 10% ਵਿਆਜ ਲੈਂਦਾ ਤਾਂ ਇਹ 5% ਉਹਨਾਂ ਕੋਲ ਲੈਂਦੇ ਆ, ਤਾਂ ਹੀ ਉਹਨਾਂ ਨੂੰ ਸ਼ੈਲਟਰ ਕਰਦੇ ਆ। ਇਹ ਤਾਂ ਇੱਕ ਅਧਿਕਾਰੀ ਦਾ ਦਫ਼ਤਰ ਹੀ ਇੱਕ ਦੜਾ ਸੱਟਾ ਕਾਰੋਬਾਰੀ ਚਲਾਉਂਦਾ ਹੁੰਦਾ ਸੀ। ਰਕੇਸ਼ ਜੀ, ਗੱਲ ਫਿਰ ASI ਵਿਚਾਰੇ ਥਾਂ ਦਾ ਇੰਸਪੈਕਟਰ ਕਲਪਦੇ ਹੁੰਦੇ ਜਾਂਦੇ, ਅਸੀਂ ਬੂਹੇ 'ਚ ਬਾਹਰ ਖਲੋਤੇ ਹਾਂ, ਉਹ ਅੰਦਰ ਬੈਠਾ ਕੁਰਸੀ ਦੇ ਵਿੱਚ। ਰਕੇਸ਼ ਜੀ, ਥਾਣਿਆਂ ਦੇ ਵਿੱਚ, ਰਕੇਸ਼ ਜੀ, ਇਹ ਵੀ ਗੱਲ ਠੀਕ ਆ, ਇੱਥੋਂ ਤਾਂ ਸਾਬਤ ਹੋ ਗਿਆ ਫਿਰ ਗੈਂਗਸਟਰਾਂ ਦੀ ਅਤੇ ਦੜੇ ਸੱਟੇ ਕਾਰੋਬਾਰੀ ਜਿਹੜਾ ਕ੍ਰਿਮੀਨਲ ਮਾਈਂਡਡ ਲੋਕ ਆ, ਇਹਨਾਂ ਦੀ ਤੂਤੀ ਬੋਲਦੀ ਹੈ, ਕਿਉਂਕਿ ਉਹਨਾਂ ਦੇ ਪੁੱਛੇ ਬਗੈਰ ਕੋਈ ਕੰਮ ਹੀ ਨਹੀਂ ਹੁੰਦਾ। ਉਹਨਾਂ ਦੇ ਪੁੱਛੇ ਬਗੈਰ ਆਮ ਬੰਦਾ ਸਵਾਲੀ ਕਰਦੇ, ਕੋਈ ਜ਼ਮੀਨ ਦੇ ਝਗੜੇ ਦਾ ਕੰਮ ਜਾਂਦਾ ਹੋਣਾ, ਉਹ ਕੀ ਕਰਦੇ, ਦੜੇ ਸੱਟੇ ਕਾਰੋਬਾਰ ਵੱਲ ਤੋਰ ਦਿੰਦੇ ਆ, ਜਾਂ ਆਪਣੇ ਨਾਲ ਲਿਖਾ ਕੇ ਉਹਨਾਂ ਨੂੰ ਉੱਥੇ ਭਾ ਦਿੰਦੇ ਆ। ਰਕੇਸ਼ ਜੀ, ਤੁਸੀਂ ਇਹ ਦੇਖੋ, ਨਿਆਂ ਉਹਨਾਂ ਨੇ ਦੇਣਾ ਹੁੰਦਾ ਅਤੇ ਉਹ ਤਾਂ ਬਹੁਬਲੀ ਉਹ ਹੁੰਦੇ ਆ ਅਤੇ ਕਬਜ਼ੇ ਕਰਕੇ ਸਸਤੀਆਂ ਪ੍ਰੋਪਰਟੀਆਂ ਲੈਂਦੇ। ਵੇਖੋ, ਹੈਗੇ ਇਹ ਚੰਦ ਪਰਸੈਂਟ ਆ, ਜਿੱਦਾਂ ਕੋਰ ਸਾਹਿਬ ਪਹਿਲਾਂ ਕਹਿੰਦੇ ਵੀ 5-10% ਹੀ ਆ, 5% ਕਿਹਾ ਸੀ ਉਹਨਾਂ ਨੇ, ਮਤਲਬ 0.5% ਉਹਨਾਂ ਨੇ ਕਿਹਾ ਸੀਗੇ, 80,000 ਦੀ ਪੁਲਿਸ ਫੋਰਸ ਹੈ, ਜ਼ਿਆਦਾ ਘੱਟ ਕਹਿਤੇ ਆ, 1-2% ਤਾਂ ਹੁੰਦੇ ਹੀ ਆ। ਅੱਛਾ ਰਕੇਸ਼ ਜੀ, ਇੱਕ ਨਾ ਵੇਖੋ, ਮੁੜ ਮੁੜ ਕੇ ਉੱਥੇ ਕਿਉਂ ਲੱਗਦੇ ਆ? ਬਿਲਕੁਲ, ਉਹਨਾਂ ਨੇ ਉਹਨਾਂ ਦਾ ਨੈਕਸਸ ਬਣਿਆ, ਉਹ ਵੇਖੋ ਸਿਪਾਹੀ ਉੱਥੇ ਇਹ ਜਾਂ ਭਰਤੀ ਇਸੇ ਹੁੰਦੇ, ਉੱਥੇ ਡਿਪਟੀ ਉੱਥੇ, ਜਿੱਥੋਂ ਮਰਜ਼ੀ ਕਿੱਦਾਂ ਲੱਗ ਰਿਹਾ। ਇਹ ਸਰਕਾਰ 'ਚ ਵੀ ਜੇ ਤਬਾਦਲਿਆਂ 'ਚ ਇਹੀ ਕਹੀਏ ਨਾ, ਜੋ ਲੋਕਾਂ ਦੀ ਆਵਾਜ਼ ਆ, ਅਸੀਂ ਇਹਨੂੰ ਕਨਫਰਮ ਨਹੀਂ ਕਰਦੇ, ਲੋਕਾਂ ਦੀ ਆਵਾਜ਼ ਆ ਵੀ ਇਹਨਾਂ ਸਰਕਾਰ ਦੇ ਵਿੱਚ ਵੀ ਤਬਾਦਲਿਆਂ ਦੇ ਵਿੱਚ ਰਿਸ਼ਵਤਖੋਰੀ ਕਰਪਸ਼ਨ ਚੱਲਣ ਡੀ ਆ। ਜੇ ਨਹੀਂ ਰਿਸ਼ਵਤ ਦੇ ਕੇ ਲੱਗੂਗਾ ਤਾਂ ਉਹ ਫਿਰ ਕਰੂਗੀ। ਨਹੀਂ ਨਹੀਂ ਜੇ ਰਕੇਸ਼ ਜੀ, ਰਿਸ਼ਵਤ ਨਹੀਂ ਚੱਲਦੀ ਤਾਂ ਡਿਸਮਿਸ ਹੋਏ ਬੰਦੇ ਕਿੱਦਾਂ ਲਾਤੇ ਇਹਨਾਂ ਨੇ? ਫਿਰ ਤਾਂ ਮਤਲਬ ਇਹ ਹੈ ਨਾ ਵੀ ਬੰਦੇ ਲਾ, ਜਿਹੜੇ ਪਹਿਲੇ ਭ੍ਰਿਸ਼ਟਾਚਾਰੀ ਜਿਹੜੇ ਫੜੇ ਗਏ, ਇਹ ਚਾਰਜਸ਼ੀਟ ਹੋਏ ਉਹ ਫਿਰ ਕਿੱਦਾਂ ਚੰਗੀਆਂ ਪੋਸਟਾਂ 'ਤੇ ਆ ਗਏ? ਤੁਸੀਂ ਰਕੇਸ਼ ਜੀ ਇਹ ਦੇਖੋ, ਇਹਦਾ ਮਤਲਬ ਪੈਸੇ ਦੇ ਗਏ ਹੈ ਕਿਸੇ ਨੂੰ? ਰਕੇਸ਼ ਜੀ, ਤੁਸੀਂ ਦੇਖੋ, ਗੱਲ ਫਿਰ ਉਹੀ ਆ ਗਈ, ਵਿਧਾਨ ਸਭਾ ਦੇ ਸਪੀਕਰ ਸਾਹਿਬ MLA, ਪਹਿਲੇ ਤਾਂ ਕੋਟਕਪੂਰੇ ਤੋਂ MLA ਨਾ, ਸਪੀਕਰ ਉਹ ਫਿਰ ਬਣਾਇਆ ਗਿਆ ਉਹਨਾਂ ਨੂੰ, ਉਹ ਸਦਨ ਦੇ ਵਿੱਚ ਉਹਨਾਂ ਨੂੰ ਪੂਰੇ MLA ਪੂਰੇ ਸਦਨ ਦੀ ਜਿਹੜੀ ਹੈ ਉਹ ਉਹਨਾਂ ਨੂੰ ਸਹਿਯੋਗ ਮੰਗਣਾ ਪੈ ਗਿਆ। ਅਤੇ ਆਮ ਬੰਦੇ ਦਾ ਰਕੇਸ਼ ਜੀ ਕੀ ਹਾਲ ਹੋਏਗਾ? ਪਹਿਲੇ ਤਾਂ FIR ਦਰਜ ਕਰਾਉਣਾ ਜਾਨ ਨਿਕਲਦੀ ਬੰਦੇ ਦੀ, ਫਿਰ ਕੋਰਟ 'ਚ ਚਲਾਨ ਪੇਸ਼ ਕਰਾਉਣਾ, ਕਦੋਂ ਉਹਨੂੰ ਇਨਸਾਫ ਮਿਲੇਗਾ? ਕੱਲ੍ਹ ਸਾਡੇ, ਅਸੀਂ ਕੱਲ੍ਹ ਐਪੀਸੋਡ ਕੀਤਾ ਸੀ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ, ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ, ਆਪਣੇ ਜਿਹੜੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਜੀ ਅਤੇ ਨਾਲ DY ਚੰਦਰਚੂੜ ਜਿਹੜੇ ਚੀਫ ਜਸਟਿਸ ਆਫ ਇੰਡੀਆ, ਉਹ ਵੀ ਕਹਿੰਦੇ ਨਿਆਂ ਨਹੀਂ ਮਿਲ ਰਿਹਾ, ਥੱਲਿਓ ਹੀ ਮਤਲਬ ਪੂਰਾ ਆਵਾ ਜਿਹੜਾ ਪੂਰੇ ਦਾ ਪੂਰਾ ਉੱਤਿਆ, ਅਤੇ ਗੱਲ ਜਾਓ ਕਿੱਧਰ ਨੂੰ ਇਹ ਸਮੇਂ ਤੋਂ ਦੇਖੋ ਜੀ। ਅਜੇ ਗੁਪਤਾ ਜੀ ਇਹ ਕਹਿੰਦੇ ਵੀ ਸਾਡੀ ਥਾਣਿਆਂ 'ਚ ਕੋਈ ਨਹੀਂ ਸੁਣਦਾ ਜੀ, ਕੁਬੇਰ ਵਿਜੇ ਪ੍ਰਤਾਪ ਵੀ ਕਹਿੰਦੇ ਆ ਵੀ ਮਾਫੀਆ ਰਾਜ ਕੰਮ ਕਰ ਰਿਹਾ, ਪੁਰਾਣਾ ਹੀ ਨੈਕਸਸ ਕਹਾਂਗਾ, ਸਰਕਾਰ ਬਦਲੀ, ਬਦਲਾਵ ਕੋਈ ਨਹੀਂ ਆਇਆ, ਸਿਰਫ ਸਰਕਾਰ ਦਾ ਬਦਲਣ ਦਾ ਬਦਲਾਵ ਆਇਆ, ਮਾਫੀਆ ਉੱਦਾਂ ਹੀ ਕੰਮ ਕਰਦਾ। ਰਕੇਸ਼ ਜੀ, ਇਸ ਤੋਂ ਪਹਿਲੇ ਹੁਣ ਮੈਂ ਮਾਈਨਿੰਗ 'ਤੇ ਆਵਾਂ, ਕਿ ਕੱਲ੍ਹ ਮਾਈਨਿੰਗ ਨੂੰ ਲੈ ਕੇ ਵੀ ਬੜੀ ਚਰਚਾ ਹੋਈ ਸੀ, ਅੱਜ ਕੌਣ ਵਿਜੇ ਪ੍ਰਤਾਪ ਸਿੰਘ ਫਿਰ ਬੋਲੇ ਨੇ? ਜਿਵੇਂ ਕੱਲ੍ਹ ਡਾਕਟਰ ਅਜੇ ਗੁਪਤਾ ਜਿਹੜੇ ਵਿਧਾਨ ਸਭਾ ਇੱਥੋਂ ਸੈਂਟਰਲ ਤੋਂ MLA ਨੇ, ਉਹਨਾਂ ਨੇ ਸਾਫ਼ ਸਫਾਈ ਦਾ ਮੁੱਦਾ ਚੁੱਕਿਆ ਸੀ, ਉਹਨਾਂ ਵੀ ਕਿਹਾ ਸੀ ਵੀ ਕੱਲ੍ਹ ਲੋਕ ਧਰਨੇ ਵੀ, ਕੱਲ੍ਹ ਡਿਪਟੀ CM ਜਿਹੜੇ ਸਾਬਕਾ ਓਮ ਪ੍ਰਕਾਸ਼ ਸੋਨੀ, ਉਹਨਾਂ ਨੇ ਧਰਨਾ ਵੀ ਦਿੱਤਾ ਸੀਗਾ। ਅੱਜ ਤੁਸੀਂ ਦੇਖੋ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫਿਰ ਗੱਲ ਕੀਤੀ ਹੈ, ਕਹਿੰਦੇ ਵੀ ਸਾਫ਼ ਸਫਾਈ ਦਾ ਮੁੱਦਾ ਕਹਿੰਦੇ ਬੁਰਾ ਹਾਲ ਹੈ, ਕਹਿੰਦੇ
23 ਜਨਵਰੀ 2023 ਨੂੰ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਹਾਊਸ ਜਿਹੜਾ ਖਤਮ ਹੋ ਗਿਆ। ਮੇਰੇ ਇਲਾਕੇ 'ਚ ਕਹਿੰਦੇ 17 ਕੌਂਸਲਰ ਅਤੇ 12 ਸਰਪੰਚ ਆ, ਇਹ ਸਾਰਿਆਂ ਦੇ ਕੰਮ ਕਹਿੰਦੇ ਮੈਨੂੰ ਕਰਨੇ ਪੈਂਦੇ, ਮੈਂ ਕੰਮ ਨਹੀਂ ਕਰ ਸਕਦਾ ਇੰਨਾ ਜ਼ਿਆਦਾ। ਨਾਲ ਉਹਨਾਂ ਰਕੇਸ਼ ਜੀ ਜਿਹੜੀ ਗੱਲ ਹੋਰ ਆਖੀ ਆ, ਉਹਨਾਂ ਨੇ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਕਮਿਸ਼ਨਰ ਦੇ ਉੱਤੇ ਬੜੇ ਵੱਡੇ ਸਵਾਲ ਖੜ੍ਹੇ ਕਰਤੇ ਨੇ, ਕਹਿੰਦੇ ਕੰਮ ਹੀ ਕੋਈ ਨਹੀਂ ਕਰਦੇ। ਬਿਲਕੁਲ ਠੀਕ ਆ, ਜਨਤਾ ਦੀ ਆਵਾਜ਼ ਆ ਵੀ ਕਮਿਸ਼ਨਰ ਸਾਹਿਬ ਕੰਮ ਕੋਈ ਨਹੀਂ ਕਰਦੇ ਜਾਂ ਕਰਨਾ ਨਹੀਂ ਚਾਹੁੰਦੇ, ਦੇ ਜੇ ਮਾੜੀ ਚਿੱਠੀ ਕੱਢਦੇ ਆ ਤਾਂ ਅਧਿਕਾਰੀ ਉਹ 'ਤੇ ਅਮਲ ਹੀ ਨਹੀਂ ਕਰਦੇ। ਹੁਣ ਵੇਖੋ ਗੱਲ ਠੀਕ ਆ, ਮੈਂ ਵੀ ਕਈ ਵਾਰੀ ਉਹਨਾਂ ਨੂੰ ਮੈਸੇਜ ਪਾਏ ਆ ਸਫਾਈ ਦੇ, ਲਾਈਟਾਂ ਦੇ, ਕੋਈ ਉਹਨਾਂ ਦੇ ਕਹਿਣ 'ਤੇ ਕਾਰਵਾਈ ਨਹੀਂ ਹੁੰਦੀ। ਉਹ ਆਉਂਦੇ ਵੀ ਕੁੰਵਰ ਸਾਹਿਬ ਕਹਿੰਦੇ ਆ ਵੀ ਅਸੀਂ ਜਿਹੜਾ ਇਲੈਕਸ਼ਨ ਲੜਿਆ ਸੀ ਪਾਰਲੀਮੈਂਟ ਦਾ, 3 ਮੁੱਦੇ 'ਤੇ ਲਿਖਿਆ, ਇੱਕ 'ਤੇ ਕੂੜੇ ਦੀ ਲਿਫਟਿੰਗ 'ਤੇ ਗਾਰਬੇਜ ਲਿਫਟਿੰਗ, ਇੱਕ ਸੀਵਰੇਜ ਵਿਵਸਥਾ ਠੀਕ ਦਰੁਸਤ ਕਰਾਂਗੇ, ਅਤੇ 3 ਵੀ ਪੀਣ ਵਾਲਾ ਸਾਫ ਪਾਣੀ ਦਿਆਂਗੇ। ਆਂਦੇ 3 ਚੀਜ਼ਾਂ ਨਹੀਂ ਸ਼ਹਿਰ ਵਾਲਿਆਂ ਨੂੰ ਮਿਲਦੀਆਂ। ਆਂਦੇ ਕਿਸੇ ਦੇ ਘਰ ਸੂਈ ਦੇ ਕਾਲਾ ਵੜਿਆ ਹੁੰਦਾ ਜੀ ਸੀਵਰੇਜ ਦਾ ਪਾਣੀ, ਉਹ ਸਫਾਈ ਕਰਾਉਣੀ ਆ। ਆਂਦਾ ਕਮਿਸ਼ਨਰ ਨੂੰ ਫੋਨ ਕਰੀਦਾ, 15 ਦਿਨ ਬਾਅਦ ਵੇਟਿੰਗ ਆ ਜਾਂਦੀ ਆ, ਅਤੇ 15 ਦਿਨ ਉਹ ਆਪਣੀ ਜਿਹੜੀ ਰਸੋਈ ਦੇ ਵਿੱਚ ਸੀਵਰੇਜ ਦਾ ਪਾਣੀ ਰੱਖੂਗਾ, ਕੂੜੇ ਦੀ ਆਂਦੇ ਲਿਫਟਿੰਗ ਨਹੀਂ ਹੋ ਰਹੀ। ਇਹੋ ਹੀ ਮਾਂ ਜੋ ਅਜੇ ਗੁਪਤਾ ਜੀ ਨੇ ਕਿਹਾ ਵੀ ਮੇਰੇ ਹਲਕੇ 'ਚ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਆ, ਕੂੜੇ ਦੀ ਲਿਫਟਿੰਗ ਹੋ ਰਹੀ। ਤੁਹਾਡੇ ਇੱਕ ਨਹੀਂ 2 ਵਿਧਾਇਕ ਆ ਵਾਲੀ ਗੱਲ ਕਹਿਣ ਡੇ ਆ, ਸਾਰਾ ਸ਼ਹਿਰ ਰੋ ਰੋ ਕੇ ਕਹਿਣ ਡਿਆ। ਅੱਗੇ ਇੱਕ ਵਾਰੀ ਵੇਖੋ ਸਹੀ ਵੀ ਕੂੜਾ ਤੁਹਾਨੂੰ ਸਾਫ਼ ਰਸਤੇ 'ਚ ਲੰਘਾ ਕੇ ਲੈ ਜਾਂਦੇ ਆ, ਤੁਹਾਨੂੰ ਪਤਾ ਨਹੀਂ ਲੱਗਦੇ ਦਿੰਦੇ ਸੀਐਮ ਸਾਹਿਬ ਵੀ ਵਾਕਈ ਕੂੜੇ ਦੀ ਗੰਦਗੀ ਦੇ ਢੇਰ ਲੱਗੇ ਆ, ਇਲੀਗਲ ਬਿਲਡਿੰਗਾਂ ਦਾ ਨਿਰਮਾਣ ਹੋ ਗਿਆ, ਗਗਨ ਚੁੰਬੀ ਇਮਾਰਤਾਂ ਬਣ ਗਈਆਂ, ਅਧਿਕਾਰੀ ਸੁੱਤੇ ਪਏ ਆ। ਨਹੀਂ ਸੁੱਤੇ ਨਹੀਂ ਕਹੇ ਜੀ, ਆਪਣੀ ਫੀਸ ਲੈ ਲੈਂਦੇ ਹੋ, ਆਪਣੀ ਲੈਂਦੇ ਆ ਨਾ, ਲੋਕਾਂ ਦੀ ਸ਼ਿਕਾਇਤ 'ਤੇ ਕਾਰਵਾਈ ਤਾਂ ਕੋਈ ਨਹੀਂ ਨਾ ਕਰਦੇ। ਹੁਣ ਵੇਖੋ ਸਫਾਈ ਵਿਵਸਥਾ ਕੋਈ ਨਹੀਂ ਹੁੰਦੀ। ਆਂਦੇ ਜਿਹੜਾ ਪੀਣ ਵਾਲੇ ਪਾਣੀ ਦਾ ਤੀ ਕਹਿੰਦੇ ਜੀ ਪ੍ਰੋਜੈਕਟ ਚੱਲਣ ਡਿਆ, ਆਂਦੇ ਵਰਲਡ ਬੈਂਕ ਦਾ ਪ੍ਰੋਜੈਕਟ, ਉਹ ਤਾਂ ਪਿਛਲੀ ਸਰਕਾਰ ਦੇ ਵੇਲੇ ਦਾ ਚੱਲਣ ਡਿਆ, ਇਹਨੇ ਕੀ ਮਾਰਕਾ ਮਾਰਿਆ। ਗੱਲ ਠੀਕ ਆ, ਆਂਦੇ ਜੇ ਇਹਨਾਂ ਕੋਲ ਜਾਂਦੇ ਕਾਰ ਪਿਛੇ ਤੋਂ ਕਹਿੰਦੇ ADA ਦਾ ਕੰਮ ਆ, ADA ਕੋਲ ਕਹਿੰਦੇ ਹੁੰਦੇ PWD ਦਾ ਕੰਮ ਆ, ਉਹਨਾਂ ਨੂੰ ਕਹਿੰਦੇ ਆਉਂਦੇ ਟਰੱਸਟ ਦਾ ਕੰਮ, ਅਤੇ ਆਮ ਜਨਤਾ ਨੂੰ ਕੀ ਪਤਾ ਵੀ ਇਹ ਕਿਹਦਾ ਕੰਮ ਕਿਹਨੇ ਕਰਨਾ। ਆਂਦੇ ਅਧਿਕਾਰੀ ਜਿਹੜੇ ਆ ਸੇ ਇੱਥੋਂ ਤੱਕ ਕਿ ਲੋਕਲ ਬੋਡੀ ਮੰਤਰੀ ਦੀ ਵੀ ਗੱਲ ਨਹੀਂ ਸੁਣਦੇ, ਕੋਈ ਗੱਲ ਨਹੀਂ ਸੁਣਦੇ। ਆਂਦੇ ਹੁਣ ਮੈਂ ਤੇ ਅਧਿਕਾਰੀਆਂ ਨੂੰ ਫੋਨ ਕਰਨਾ ਬੰਦ ਕਰਤਾ, ਲੋਕਲ ਬੋਡੀ ਮਿਨਿਸਟਰ ਨੂੰ ਕਰਦਾ, ਉਹਨਾਂ ਦੀ ਗੱਲ ਆਉਂਦੇ ਸੁਣਦਾ ਹੀ ਕੋਈ ਨਹੀਂ। ਉਹਨਾਂ ਨੇ ਇਹ ਵੀ ਕਿਹਾ ਵੀ ਅਧਿਕਾਰੀਆਂ ਦੀ ਕੌਂਟੇਬਿਲਟੀ ਜਿਹੜੀ ਫਿਕਸ ਹੋਣੀ ਚਾਹੀਦੀ ਆ। ਕਿ ਜੀ ਜਦੋਂ ਉਹਨਾਂ ਨੇ ਗੱਲ ਕਹੀ ਨਾ, ਉਦੋਂ ਮੰਤਰੀ ਸਾਹਿਬ ਨੇ ਸਫਾਈ ਦਿੱਤੀ ਜ਼ਰੂਰ ਵੀ ਨਹੀਂ, ਕਹਿੰਦੇ ਵੀ ਨਹੀਂ ਅਧਿਕਾਰੀ ਗੱਲ ਵੀ ਸੁਣਦੇ ਆ। ਤੁਸੀਂ ਦੇਖੋ ਇੱਕ ਤਰ੍ਹਾਂ ਨਾਲ ਉਹਨਾਂ ਇਹ ਗੱਲ ਕਹਿ ਕੇ ਆਪਣੇ ਅਫਸਰਾਂ ਦਾ ਬਚਾਅ ਕੀਤਾ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਗੱਲ ਠੀਕ ਕਹਿੰਦੇ ਆ, ਉਹਨਾਂ ਨੇ ਬਚਾਅ ਤੇ ਕਰਨਾ ਹੀ ਆ, ਕਹਿੰਦੇ ਸੁਣਦਾ ਕੋਈ ਨਹੀਂ। ਉਹ ਕਹਿੰਦੇ ਵੀ ਇਹ ਵੀ ਗੱਲ ਕਹਿੰਦੇ ਜਿਹੜੇ ਕਹਿੰਦੇ ਮੰਤਰੀ ਸਾਹਿਬ ਦੀ ਮਜਬੂਰੀ ਆ, ਜੋ ਕਹਿੰਦੇ ਅਫਸਰਾਂ ਨੂੰ ਲਿਖ ਕੇ ਦੇ ਦਿੰਦੇ ਨੇ, ਇਹ ਉਹੀ ਰਿਪੋਰਟ ਪੜ੍ਹ ਦਿੰਦੇ ਨੇ ਜਿਵੇਂ ਤੁਸੀਂ ਆਖਿਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਕੀ ਹਾਲਾਤ ਹੋਏ। ਕਹਿੰਦੇ ਵੀ ਅਸੀਂ ਸੀਟ ਕਦੀ ਨਾ ਹਾਰਦੇ, ਕਿਉਂਕਿ ਲੋਕਾਂ ਦੀ ਗੱਲ ਹੀ ਨਹੀਂ ਕੀਤੀ, ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ। ਬਿਲਕੁਲ ਕਿਸ ਦੀ ਗੱਲ ਠੀਕ ਆ, ਲੋਕਾਂ ਨਾਲ ਇਹਨਾਂ ਨੇ ਵਾਅਦੇ ਕੀ ਕੀਤੇ ਸੀ ਆਉਣ ਤੋਂ ਪਹਿਲਾਂ, ਇਹ ਆਪਣਾ ਜਿਹੜੀ ਗਰੰਟੀਆਂ ਕੇਜਰੀਵਾਲ ਦੀਆਂ ਗਰੰਟੀਆਂ ਕੱਢ ਕੇ ਇੱਕ ਵਾਰੀ ਪੜ੍ਹ ਲੈਣ ਨਾ, ਤੇ ਇਹਨਾਂ ਨੂੰ ਪਤਾ ਲੱਗ ਜੇ ਵੀ ਤੁਸੀਂ ਕੀ ਕਿਹਾ ਸੀ। ਲਾ ਐਂਡ ਆਰਡਰ ਦੀ ਸਥਿਤੀ ਇਹ ਹੋਏਗੀ ਜਿਹੜੀ ਹੋਏ ਅਗਲੇ ਹੋ ਗਈ, ਅਗਲੇ ਇਲੈਕਸ਼ਨ 'ਚ ਗਰੰਟੀ ਕੱਢਣਗੇ, ਹੁਣ ਭੁੱਲ ਗਏ ਆ। ਅਗਲੀ ਵਾਰੀ ਰਾਜਵੀਰ ਸਿੰਘ ਜੀ ਜਿਹੜੇ OSDM ਮੰਤਰੀ ਸਾਹਿਬ, ਇਹਨਾਂ CM ਸਾਹਿਬ ਦੇ, ਉਹਨੂੰ ਮੈਸੇਜ ਪਾਇਆ ਸੀ ਵੀ ਸਾਨੂੰ ਮੰਤਰੀ ਸਾਹਿਬ ਕੋਲ ਤੇ CM ਸਾਹਿਬ ਕੋਲ ਟਾਈਮ ਲੈ ਕੇ ਦਿਓ ਜੀ, ਅਸੀਂ ਮਿਲ ਕੇ ਕੋਈ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦੱਸਣਾ ਚਾਹੁੰਦੇ ਹਾਂ, ਕਰਪਸ਼ਨ ਕਿੱਥੇ ਦੇ ਬਾਰੇ ਦੱਸਣਾ ਚਾਹੁੰਦੇ ਹਾਂ। ਅਜੇ ਉਹਨਾਂ ਦੀ ਰਿਪਲਾਈ ਕੋਈ ਨਹੀਂ ਆਈ, ਉਮੀਦ ਕਰਦੇ ਹਾਂ ਸਰਦਾਰ ਰਾਜਵੀਰ ਸਿੰਘ ਦੀ ਹਰ ਰਿਪਲਾਈ ਦੇਣਗੇ, ਕਹਿੰਦੀ ਟਾਈਮ ਲੈ ਕੇ ਦੇਣਗੇ। ਇੱਕ ਗੱਲ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਉਹ ਰੱਖਿਓ, ਕਹਿੰਦੇ ਵੀ ਇਹਨਾਂ ਨੂੰ ਤੁਸੀਂ ਕੋਈ ਕੰਮ ਕਹਿੰਦੇ ਉਹਨਾਂ ਦੇ, ਇਹਨਾਂ ਨੂੰ ਟਾਈਮ ਬਾਉਂਡ ਕਰਨਾ ਚਾਹੀਦਾ, ਕਹਿੰਦੇ ਇਹ ਤਾਂ ਫਿਰ ਉਹਨਾਂ ਕਿਹਾ ਅਕਾਊਂਟੇਬਿਲਟੀ ਫਿਕਸ ਕਰੋ ਟਾਈਮ। ਹੁਣ ਮੰਤਰੀ ਸਾਹਿਬ ਕਹਿੰਦੇ ਆ ਵੀ CM ਦੀਆਂ ਹਦਾਇਤਾਂ ਦੇ ਮੁਤਾਬਕ ਕੋਈ ਵੀ ਅਫਸਰ ਅਣਗਹਿਲੀ ਨਹੀਂ ਕਰਦਾ, ਬਿਊਰੋ ਕਹਿ ਸਾਡਾ ਕੋਈ ਵੀ ਅਣਗਹਿਲੀ ਨਹੀਂ ਕਰਦਾ, ਸਾਰੇ ਬੜਾ ਵਧੀਆ ਕੰਮ ਕਰਦੇ ਆ, ਅਤੇ ਸ਼ਹਿਰ ਐਵੇਂ ਰੋਣ ਡਿਆ, ਗੁਰੂ ਨਗਰੀ ਰੋਣ ਡਈ ਆ, ਤੁਹਾਡਾ ਅਣਗਹਿਲੀ ਨਹੀਂ ਕਰਦਾ, ਫਿਰ ਇਹਨਾਂ ਨੂੰ ਆਪਣੇ ਸ਼ਹਿਰ 'ਚ ਲੈ ਜਾਓ, ਜੇ ਏਡੇ ਵਧੀਆ ਅਫਸਰ ਹੈਗੇ ਆ ਇਹਨਾਂ ਨੂੰ ਜਲੰਧਰ ਸ਼ਹਿਰ 'ਚ ਲੈ ਜਾਓ, ਜਲੰਧਰ ਦੀ ਕਮਿਸ਼ਨ ਇੱਥੇ ਲਾ ਦਿਓ, ਉਹਨਾਂ ਦੀ ਕਾਰਵਾਈ ਹੁੰਦੀ ਹੈ ਨਾ, ਸਾਰੇ ਪੰਜਾਬ 'ਚ ਦਿਖਦੀ ਆ।
ਉਹ ਅੱਜ ਬਿਲਡਿੰਗ ਢਾਈ ਅੱਜ ਕੋਲੋਂ ਅਜੇ ਫਲਾਣੀ ਵੱਡੇ ਵੱਡਿਆਂ ਨੂੰ ਹੱਥ ਪਾਉਣ ਦੇ ਆ, ਇੱਥੇ ਚਾਰ ਰੇਟਾਂ ਢਾ ਕੇ ਦੇ, ਕਹਿੰਦੇ ਵੀ ਇਹ ਕਾਰਵਾਈ ਕਰਦੀ ਆ, ਕਾਰਵਾਈ ਕਰਦੇ ਇੱਥੇ। ਪਰ ਜਦੋਂ ਐਸ ਜੀ ਪੀ ਸੀ ਸ਼ਿਕਾਇਤ ਕਰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ, ਅਤੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਇੰਟਰਵੀਨ ਕਰਦੇ, ਹੁਣ ਇਹ ਬਦਲਾਵ ਜ਼ਰੂਰ ਆ, ਇਹ ਬਦਲਾਵ ਜ਼ਰੂਰ ਆ ਵੀ ਹੁਣ ਮੁੱਖ ਮੰਤਰੀ ਸਾਹਿਬ ਨੂੰ ਹੀ ਅਪਰੋਚ ਕਰਨਾ ਪਏਗਾ ਕੋਈ ਕੰਮ ਕਰਾਉਣ ਵਾਸਤੇ। ਇਹ ਗੱਲ ਠੀਕ ਹੈਗੀ ਆ ਵੀ ਮੁੱਖ ਮੰਤਰੀ ਕਰਦੇ ਆ, ਉਹਨਾਂ ਨੇ ਕਵਰ ਸਾਹਿਬ ਨੇ ਕਿਹਾ ਵੀ ਸੀ ਐਮ ਮੰਤਰੀ ਸਾਹਿਬ ਆਪ ਆਉਣ ਅਤੇ ਮੌਕਿਆਂ ਵੇਖਣ ਜੀ। ਮੰਤਰੀ ਸਾਹਿਬ ਨੇ ਕਿਹਾ ਮੈਂ 2 ਹਫ਼ਤਿਆਂ ਦੇ ਵਿੱਚ ਵਿੱਚ ਆਵਾਂਗਾ, ਸਾਰੇ MLA ਸਾਹਿਬ ਸੱਦਾਂਗਾ, ਅਫੀਸਰ ਵੀ ਸੱਦਾਂਗਾ, ਸਾਰਿਆਂ ਦੀ ਗੱਲ ਸੁਣ ਕੇ ਅਤੇ ਉੱਥੇ ਮਸਲੇ ਹੱਲ ਕਰਾਂਗਾ। ਵੇਖੋ ਹੁਣ ਮਸਲੇ ਹੱਲ ਹੁੰਦੇ ਕਿ ਨਹੀਂ, ਵੈਸੇ ਇਹਨਾਂ ਨੂੰ ਇੱਕ ਕਾਮ ਮਾਰ ਕੇ ਟੰਗਣਾ ਪੈਣਾ, ਭਾਵੇਂ ਬੋਰਡ ਸਿੰਘ ਟੰਗ ਦੇਣ, ਭਾਵੇਂ ਉਹ ਜਿਹੜਾ ਕੋਈ ਦਵਾਈਆਂ ਲਿਖਾਉਂਦਾ ਉਹ ਡਾਕਟਰ ਮਾਰ ਕੇ ਟੰਗ ਦੇਣ, ਭਾਵੇਂ ਕਿਸੇ ਨੂੰ ਟੰਗ ਦੇਣ, ਇਹੋ ਜਿਹੇ ਕੋਈ ਮਾਰ ਕੇ ਕਾਂ ਟੰਗੋ, ਇਕੱਲੀ ਪੁਲਿਸ ਦੇ 311 ਲਾਣੀ ਸਾਰਿਆਂ ਦੇ ਲਾਓ, ਜਿਹੜਾ ਕਰਪਸ਼ਨ 'ਚ ਫੜਿਆ ਜਾਂਦਾ ਉਹਦੇ ਹਰਕ ਤੇ 311 ਲੱਗਣੀ ਚਾਹੀਦੀ ਹੈ, ਇਕੱਲੀ ਪੁਲਿਸ ਦੇ ਕਿਉਂ 311। ਕੁੰਵਰ ਵਿਜੇ ਪ੍ਰਤਾਪ ਨੇ ਤਾਂ ਇਹ ਆਖਿਆ ਵੀ ਅਸੀਂ ਕੁਝ ਨਹੀਂ ਮੰਗਦੇ, ਸਾਨੂੰ ਪੀਣ ਵਾਲਾ ਸਾਫ਼ ਪਾਣੀ ਦੇ ਦਿਓ ਸਾਡੇ ਲੋਕਾਂ ਨੂੰ, ਸ਼ਹਿਰ ਦੀ ਗੰਦਗੀ ਸਾਫ਼ ਕਰਾ ਦਿਓ। ਉਹ MP ਪ੍ਰੋਟੈਸਟ ਕਰਨ ਡਿਆ, ਡਿਪਟੀ CM ਸਾਬਕਾ ਉਹ ਪ੍ਰੋਟੈਸਟ ਕਰਨ ਡਿਆ ਵੀ ਤੁਹਾਨੂੰ ਕੋਈ ਲੋਕਾਂ ਦੀ ਪਰਵਾਹ ਹੀ ਨਹੀਂ ਗੀ। ਉਹ ਆਉਂਦੇ ਵੀ ਪਕਸ਼ ਵੀ ਰੋਣ ਡਿਆ ਅਤੇ ਅਸੀਂ ਪਕਸ਼ ਵਾਲੇ ਵੀ ਰੋਣ ਡੇ ਹਾਂ, ਸੱਤਾਧਾਰੀ ਵੀ ਰੋਣ ਡੇ, ਪਕਸ਼ ਵਾਲੇ ਵੀ ਰੋਣ ਡੇ ਆ, ਸਰਕਾਰ ਦੇ ਕੰਨਾਂ 'ਤੇ ਜੂ ਨਹੀਂ। ਮੰਤਰੀ ਸਾਹਿਬ ਕਹਿੰਦੇ ਬਿਊਰੋਕਰੇਟ ਬਹੁਤ ਵਧੀਆ ਕੰਮ ਕਰ ਰਹੇ, ਆਪ ਬਿਊਰੋਕਰੇਟ ਇਹੋ ਜਿਹੇ ਤਾਂ ਮੰਤਰੀ ਦੇ ਸਲੂਟ ਆ, ਇਹਨਾਂ ਨੂੰ ਚਾਹੀਦਾ ਵੀ ਇਹ ਬਿਊਰੋਕਰੇਟ ਜਿਹੜਾ ਐਡਾ ਨਗੀਨਾ ਹੀਰਾ ਨਾ, ਇਹਨਾਂ ਦਾ ਕਮਿਸ਼ਨਰ, ਉਹਨੂੰ ਜਲੰਧਰ ਲੈ ਜਾਓ, ਜਲੰਧਰ ਵਾਲਿਆਂ ਨੂੰ ਇੱਥੇ ਕਰ ਦਿਓ। ਮਾਈਨਿੰਗ ਨੂੰ ਲੈ ਕੇ ਵੀ ਜਿਹੜੇ ਨਾ ਉਹ ਕੱਲ੍ਹ ਬੜੇ ਸਵਾਲ ਉੱਠੇ ਨੇ, ਪ੍ਰਗਟ ਸਿੰਘ ਹੋਣਾ ਨੇ ਕਿਹਾ ਵੀ ਉੱਥੇ ਮਾਈਨਿੰਗ ਹੋ ਰਹੀ। ਵੈਸੇ ਮਾਈਨਿੰਗ ਤੋਂ ਰਕੇਸ਼ ਜੀ ਇਹ ਵੀ ਯਾਦ ਆਇਆ ਵੀ ਪਹਿਲੇ ਤਾਂ ਕੇਜਰੀਵਾਲ ਸਾਹਿਬ ਦੀ ਪੁਰਾਣੀ ਵੀਡੀਓ ਸੀ, ਕਈ ਵਾਰੀ ਗੱਲ ਵੀ ਕੀਤੀ ਹੈ ਵੀ ਕਹਿੰਦੇ ਸੀ 20,000 ਕਰੋੜ ਮਾਈਨਿੰਗ ਸੇ ਕਮਾਊਂਗਾ ਔਰ 15,000 ਕਰੋੜ ਨਸ਼ੇ ਸੇ। ਉਹ ਮਾਈਨਿੰਗ ਦੀ ਗੱਲ ਹੀ ਨਹੀਂ ਕਰਦੇ, ਸਸਤੀ ਕਿੱਥੋਂ ਰੇਤ ਮਿਲਦੀ ਕੱਖ ਨਹੀਂ ਪਤਾ। ਬਿਲਕੁਲ ਮਾਫੀਆ ਉਦਾਂ ਹੀ ਚੱਲਣ ਡਿਆ ਹਰ ਕੰਮ ਦੇ ਵਿੱਚ, ਚਾਹੇ ਉਹ ਅੱਜ ਟਰਾਂਸਪੋਰਟ ਮਾਫੀਆ ਦੀ ਵੀ, ਮਾਫੀਆ ਜ਼ਿਆਦਾ ਵੀ ਹੋ ਗਿਆ ਰਕੇਸ਼ ਜੀ, ਉਦਾਂ ਹੀ ਚੱਲਣ ਡਿਆ, ਜ਼ਿਆਦਾ ਵੀ ਹੋ ਗਿਆ। ਅੱਜ ਟਰਾਂਸਪੋਰਟ ਮਾਫੀਆ ਦੀ ਵੀ ਗੱਲ ਕੀਤੀ ਉੱਥੇ MLA ਸਾਹਿਬ ਨੇ, ਉਹ ਕਹਿੰਦੇ ਵੀ ਤੁਸੀਂ ਪਾਲਿਸੀ ਆਪਣੀ ਗੱਲਾਂ ਤੁਸੀਂ ਕੀ ਕਰਦੇ ਸੀ, ਕਹਿੰਦੇ ਵੀ ਮਾਫੀਆ ਜਿਹੜਾ ਵੱਡਾ ਮਾਫੀਆ ਨਾ ਵੱਡੇ ਟਰਾਂਸਪੋਰਟ ਮਾਫੀਆ ਵਾਲੇ, ਕਹਿੰਦੇ ਛੋਟੇ ਨੂੰ ਅਤੇ ਆਪਣੀ ਜਿਹਦੀਆਂ ਵਿਚਾਰੀ ਦੀਆਂ 2-3 ਬੱਸਾਂ ਉਹਨੂੰ ਕੰਮ ਨਹੀਂ ਕਰਨ ਦਿੰਦੇ, ਆਪਣੇ ਵਧੀਆ ਟਾਈਮ ਉਹ ਲੈਂਦੇ ਨੇ। ਕੋਈ ਕਿਹਾ ਉਹਨਾਂ ਕਿਹਾ ਵੀ ਜਿਹੜੇ ਵੱਡੇ ਆ ਉਸ ਤਰ੍ਹਾਂ ਮਿਲ ਕੇ ਟਾਈਮ ਵਧੀਆ ਲੈ ਜਾਂਦੇ, ਉਹਨਾਂ ਇੱਕ ਅੱਧੇ ਟਰਾਂਸਪੋਰਟ ਦਾ ਨਾਮ ਵੀ ਲਿਆ ਪਾਰਟੀਕੁਲਰ ਵਿੱਚ ਵਿਧਾਨ ਸਭਾ ਦੇ ਜੀ, ਵੀ ਉਹਦਾ ਆਪਣੇ ਪ੍ਰਫੁੱਲਿਤ ਕਰਨ ਡਿਆ ਕਾਰੋਬਾਰ ਅਤੇ ਜਿਹੜੇ ਛੋਟੇ ਪ੍ਰਤੀ ਮਾੜੇ ਰੂਟ ਪਰਮਿਟ ਅਤੇ ਉਹਨੂੰ ਟਾਈਮ ਵੀ ਨਹੀਂ ਮਿਲਦੇ, ਉਹ ਭੁੱਖੇ ਮਰਨ ਡੇ ਜਿਹੜੀ ਕਿਹੜੀ ਬੱਸਾਂ ਪਾ ਕੇ, ਇਹ ਵੀ ਉਹਨੂੰ ਵੱਡੇ ਵੱਡੇ ਟਰਾਂਸਪੋਰਟਰਾਂ ਨੂੰ ਆਪਣੇ 'ਚ ਸ਼ਾਮਿਲ ਕਰਾ ਰਹੇ। ਹੁਣ ਵੇਖੋ ਸਰਦਾਰ ਪ੍ਰਗਟ ਸਿੰਘ ਨੇ ਕਿਹਾ ਵੀ ਮੇਰੇ ਇਲਾਕੇ 'ਚ ਜਿਹੜਾ ਵੈਦ ਖਨਨ ਬੜਾ ਹੋ ਰਿਹਾ ਜੀ, ਉਹਨਾਂ ਦੇ ਆਉਂਦੇ ਮਾਂ ਮੇਰੇ ਏਰੀਏ 'ਚ ਕੋਈ ਦਰਿਆ, ਇਹਦੇ ਬਾਵਜੂਦ ਰੇਤ ਖਨਨ ਚੱਲਣ ਡਿਆ, 60-70 ਫੁੱਟ ਗਹਿਰੇ ਗੱਡੇ ਇਹਦੇ ਪਾਤੇ ਆ, ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਇੰਝ ਲੱਗਦਾ ਵੀ ਜਿਹੜਾ ਮਾਈਨਿੰਗ ਡਿਪਾਰਟਮੈਂਟ ਅਤੇ ਪੁਲਿਸ ਡਿਪਾਰਟਮੈਂਟ ਆ, ਇਹ ਖਨਨ ਇਲੀਗਲ ਮਾਫੀਆ ਨਾਲ, ਇਲੀਗਲ ਜਿਹੜੇ ਖਨਨ ਕਰਦੇ ਆ ਮਾਫੀਆ ਨਾਲ ਰਲਿਆ ਆ। ਆਉਂਦੇ ਵੀ ਇਹਦੇ ਨਾਲ ਸਾਡੀ ਸਾਰਿਆਂ ਦੀ, ਸਾਡੀ ਮੈਂ ਵੀ MLA ਅਤੇ ਤੁਹਾਡੀ ਸਰਕਾਰ ਦੀ, ਲੋਕਾਂ 'ਚ ਬਦਨਾਮੀ ਹੋ ਰਹੀ ਆ, ਅਤੇ ਸਰਕਾਰ ਨੂੰ ਇਹ 'ਤੇ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਆ। ਮਾਨਯੋਗ CM ਸਾਹਿਬ ਨੇ ਪ੍ਰਗਟ ਸਿੰਘ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਖੁਦ ਜਾ ਕੇ ਜਲੰਧਰ ਆ ਕੇ ਖੁਦ ਜਾ ਕੇ ਉੱਥੇ ਚੈਕਿੰਗ ਕਰਾਂਗਾ, ਅਤੇ ਜੇ ਉੱਥੇ ਹੁੰਦੀ ਤਾਂ ਸਖਤ ਕਾਰਵਾਈ ਕੀਤੀ ਜਾਊਗੀ। ਵੇਖੋ ਹਰ ਬੰਦਾ ਰੋਣ ਡਿਆ ਵੀ ਮਾੜਾ ਕੰਮ ਹੋ ਰਿਹਾ, ਕੋਈ ਕਹਿੰਦੇ ਵੀ MR ਮਰੀਜ਼ ਚੈੱਕ ਕਰ ਰਹੇ ਆ, ਕੋਈ ਕਹਿੰਦਾ ਵੀ ਬੋਰਡ ਸਿੰਘ ਪੈਸੇ ਲੈ ਗਿਆ ਜੀ, 1,00,000 ਕੈਸੇ ਲੈ ਗਿਆ, 50 ਉਦਾਂ ਲੈ ਗਿਆ, ਅਤੇ ਕਾਰਵਾਈ ਕੋਈ ਨਹੀਂ ਹੋ ਰਹੀ। ਮਾਨਯੋਗ ਸਿਹਤ ਮੰਤਰੀ ਸਾਹਿਬ, ਲੋਕਲ ਬੋਡੀ ਮੰਤਰੀ ਸਾਹਿਬ, ਜਾਗ ਜਾਓ, ਕਾਰਵਾਈ ਕਰੋ, ਜਨਤਾ ਦੀ ਆਵਾਜ਼ ਸੁਣੋ, ਨਹੀਂ ਤਾਂ ਜਨਤਾ ਨੇ ਤੁਹਾਨੂੰ ਦੋਵਾਂ ਨੂੰ ਘਰ ਭਾ ਦੇਣਾ ਜੇ ਇਹ ਗੱਲ ਪੱਕੀ ਜੇ। ਫਿਰ ਕੇ ਜੀ ਬਹੁਤ ਵੇਖੇ ਨਾ ਸਰਕਾਰ ਦੇ ਉੱਤੇ ਸਵਾਲ ਬਹੁਤ ਜ਼ਿਆਦਾ ਨੇ, ਜਦੋਂ ਇਹਨਾਂ ਨੇ ਅਜੇ ਸੱਤਾ ਲਈ ਲੜਾਈ ਲੜ ਰਹੇ ਸੀਗੇ, ਮਤਲਬ ਸੰਘਰਸ਼ ਕਰ ਰਹੇ ਸੀ ਸੱਤਾ ਪਾਉਣ ਵਾਸਤੇ, ਉਦੋਂ ਤਾਂ ਇਹ ਜਦੋਂ ਗੱਲ ਕਰਦੇ ਸੀ ਰਕੇਸ਼ ਜੀ, ਇੰਝ ਲੱਗਦਾ ਸੀ ਇਹ ਸੱਚ ਬੋਲਦੇ ਆ,
ਦੇਖੋ ਮਾਨ ਸਾਹਿਬ ਕਿਵੇਂ ਕਹਿੰਦੇ ਸੀ ਵੀ ਮੁਰਗੀ ਫਾਰਮ ਖੋਲ੍ਹ ਲਓ, ਵੀ ਇਹਨਾਂ ਨੇ ਰਾਹ ਡੱਕਤੇ ਆ, ਸਾਨੂੰ ਉਹ ਦਿਨ ਕਦੋਂ ਆਊਗਾ ਜਦੋਂ ਸਾਡੇ MLA ਵੀ ਲੈਣਾ 'ਚ ਲੱਗਣਗੇ। ਉਹ ਬਈ ਲੋਕ ਤਾਂ ਚਾਹੁੰਦੇ ਕੀ ਹੈ, ਲੋਕ ਤਾਂ ਰਕੇ ਸੀ ਸੋਸ਼ਲ ਸਿਕਿਉਰਿਟੀ ਚਾਹੁੰਦੇ ਆ, ਲੋਕਾਂ ਨੂੰ ਕੋਈ ਮਾਫੀਆ ਉੱਦਾਂ ਹੀ ਚੱਲਣਾ, ਕਿਉਂਕਿ ਸਰਕਾਰ ਬਦਲੀ ਸਿਸਟਮ ਉਹ ਹੀ, ਪੁਰਾਣੇ ਮਾਫੀਆ ਜਿਹੜਾ ਉਹ ਅੱਗੇ ਚੱਲ ਜਾਂਦਾ। ਅਸੀਂ ਕਿੰਨੀਆਂ ਕਲੋਨੀਆਂ ਹੋਏ, ਚਿੱਟੇ ਕੁੜਤੇ ਪਜਾਮੇ ਵਾਲੇ ਸਾਰਾ ਕੁਝ ਚਲਾ ਰਹੇ ਆ, ਪਹਿਲੇ ਜਿਹੜੇ ਚਲਾਉਂਦੇ ਸੀ, ਪਹਿਲੇ ਜਿਹੜੇ ਚਲਾਉਂਦੇ ਸੀ ਮਾਫੀਆ ਉਹ ਹੀ ਕੰਮ ਕਰਨ ਡਿਆ ਸਰਕਾਰ 'ਚ ਵੀ। ਠੀਕ, ਅਤੇ ਕਹਿੰਦੀ ਇਹ ਵੀ ਬੜਾ ਵੱਡਾ ਸਵਾਲ ਉੱਠਦਾ ਵੀ ਆਖਿਰਕਾਰ ਸਰਕਾਰ ਕਾਰਪੋਰੇਸ਼ਨ ਦੇ ਇਲੈਕਸ਼ਨ ਕਿਉਂ ਨਹੀਂ ਕਰਾ ਰਹੀ। ਦੇਖੋ ਇਹਨਾਂ ਨੂੰ ਕੀ ਡਰ ਆ ਵੀ ਅਸੀਂ ਕਰਾਓ, ਜਦੋਂ ਤੁਹਾਡਾ ਉਹ ਕਹਿਣ ਡਿਆ MLA ਕਹਿਣ ਡਿਆ ਵੀ 17 ਮੇਰੇ ਕੌਂਸਲ ਸੀ ਅਤੇ 12 ਸਰਪੰਚ ਸੀ, ਸਾਰਿਆਂ ਦਾ ਕੰਮ ਦੇ ਮੈਂ ਗਲੀਆਂ ਨਾਲੀਆਂ ਸਾਫ਼ ਕਰਾਉਣ ਡਿਆ, ਕਰਾਓ ਲੋਕਾਂ ਨੂੰ ਚੁਣੇ ਨੁਮਾਇੰਦੇ ਦਿਓ, ਕਿਉਂ ਨਹੀਂ ਦੇਣ ਡੇ? ਤੁਹਾਨੂੰ ਕੀ ਡਰ ਹੈਗਾ? ਤੁਹਾਨੂੰ ਪਤਾ ਵੀ ਅਸੀਂ ਨਾ ਕੋਈ ਸਫਾਈ ਨਾ ਕੋਈ ਕੂੜਾ ਲਿਫਟਿੰਗ, ਕੂੜੇ ਲਿਫਟਿੰਗ ਨਹੀਂ ਹੋ ਰਹੀ ਜੀ। ਸਕੂਲ ਆਫ ਫੈਮਿਨੈਂਸ ਦਾ ਰੌਲਾ ਪਾਉਂਦੇ ਸੀ ਜੀ, ਕਿੰਨੇ ਬਣੇ? ਹੈਲਥ ਦੀ ਗੱਲ ਕਰਦੇ ਸੀ, ਡਾਕਟਰ ਇਹਨਾਂ ਕੋਲ ਪੂਰੇ ਨਹੀਂ, ਸਟਾਫ ਇਹਨਾਂ ਕੋਲ ਪੂਰਾ ਨਹੀਂ, ਜਿੱਥੇ ਮਰਜ਼ੀ ਚਲੇ ਜਾਓ ਇਹ ਕਹਿੰਦੇ ਸੀ ਵੀ ਦਵਾਈ ਜੇ ਡਾਕਟਰ ਨਹੀਂ ਹਸਪਤਾਲ 'ਚੋਂ ਨਹੀਂ ਮਿਲਦੀ ਡਾਕਟਰ ਆਪ ਲਿਆ ਕੇ ਦੇਵੇਗਾ। ਸਾਰਿਆਂ 'ਚ ਮਾਫੀਆ ਚੱਲਣ ਡਿਆ, ਹੈਲਥ 'ਚ ਵੀ ਮਾਫੀਆ ਚੱਲਣ ਡਿਆ, ਦੱਸੋ ਕਿੱਥੇ ਡਾਕਟਰ ਲਿਆ ਕੇ ਦਵਾਈ ਦੇਣ ਡਿਆ, ਕਿ ਹਸਪਤਾਲ 'ਤੇ ਵਿਖਾ ਦੇਣ, ਕਿੰਨਾ ਪੈਸਾ ਗੁਰੂ ਨਾਨਕ 'ਚ ਆਇਆ ਸੀ ਸਟਿੰਗ ਕਰਕੇ ਆਏ ਹੈ ਨਾ? ਇਹ ਬਿਲਕੁਲ ਠੀਕ ਹੈ, ਅਤੇ ਦਵਾਈਆਂ ਮਰੀਜ਼ ਰੋਣ ਡੇ ਸੀ, ਕਾਰਡ ਵਾਲਿਆਂ ਦਵਾਈਆਂ ਨਹੀਂ ਮਿਲਣ ਡੀਆਂ, ਜਿਹਨਾਂ ਕੋਲ ਆਯੁਸ਼ਮਾਨ ਕਾਰਡ ਆ ਅਤੇ ਬਾਕੀਆਂ ਦਾ ਕੀ ਹਾਲ ਆ? ਦੇਖੋ ਰਕੇਸ਼ ਜੀ, ਅਸੀਂ ਤਾਂ ਲੋਕਾਂ ਨੂੰ ਜਾਗਰੂਕ ਕਰਾ ਰਹੇ ਹਾਂ ਜੀ ਹਮੇਸ਼ਾ ਹੀ ਕਿ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਵੋ, ਅਤੇ ਲੋਕ ਤਾਂ ਵਿਚਾਰੇ ਵੋਟ ਹੀ ਪਾ ਸਕਦੇ ਆ, ਅਸੀਂ ਵਿਚਾਰੇ ਕਹਾਂਗੇ ਕਿਉਂਕਿ ਹੋਰ ਕੀ ਤਾਕਤ ਹੈ? ਜੇ ਸਾਡੇ ਕੋਲ ਵੀ ਕੋਈ ਅਧਿਕਾਰ ਹੁੰਦਾ ਵੀ ਇੱਕ ਸਾਲ ਦੇ ਬਾਅਦ ਇਲੈਕਸ਼ਨ ਹੋ ਸਕਦੇ ਤਾਂ ਸ਼ਾਇਦ ਇਹ ਤੁਹਾਨੂੰ ਚਲਤਾ ਹੀ ਕਰ ਦਿੰਦੇ ਲੋਕ, ਕਿਉਂਕਿ ਜਿਹੜੇ ਵਾਅਦੇ ਕਰਕੇ ਜਿਹੜੀਆਂ ਗੱਲਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਤੁਹਾਨੂੰ ਚੁਣਿਆ ਸੀ, ਮੌਜੂਦਾ ਸਰਕਾਰ ਨੂੰ ਚੁਣਿਆ ਸੀ, ਕੰਮ ਤਾਂ ਉਹੀ ਚੱਲਣ ਡਿਆ। ਅਸੀਂ ਨਹੀਂ ਕਹਿ ਰਹੇ, ਤੁਹਾਡੇ MLA ਸਾਹਿਬਾਨ ਕਹਿ ਰਹੇ ਨੇ, ਸਟੇਜਾਂ ਤੋਂ ਕਹਿ ਰਹੇ ਆ ਵੀ ਪਹਿਲੇ ਜੇ ਬੰਦਾ ਸਿੱਧਾ ਕੰਮ ਕਰਾਉਣ ਜਾਂਦਾ ਤਾਂ ਰਿਸ਼ਵਤ ਦਾ ਰੇਟ 1,00,000 ਰੁਪਈਆ, ਜੇ MLA ਫੋਨ ਕਰ ਦਿੰਦਾ ਤਾਂ ਰਿਸ਼ਵਤ 5,00,000 ਰੁਪਈਆ, ਨਸ਼ਾ ਕਹਿੰਦੇ ਤਾਂ ਉਹ ਨਹੀਂ ਮੁੱਕਿਆ, ਭ੍ਰਿਸ਼ਟਾਚਾਰ ਉਹ ਨਹੀਂ ਮੁੱਕਿਆ, ਤੁਹਾਡੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਵਿਧਾਨ ਸਭਾ ਦੇ ਵਿੱਚ ਕਹਿਣਾ ਪੈ ਰਿਹਾ, ਸਾਰੇ ਪੂਰੇ ਹਾਊਸ ਦਾ ਸਮਰਥਨ ਮੰਗਣਾ ਪੈ ਰਿਹਾ ਵੀ 180 FIR ਕੋਟਕਪੂਰਾ ਦੇ ਥਾਣੇ 'ਚ ਹੁੰਦੀ ਹੈ, ਅਤੇ ASI ਇੱਕ ਕੈਟਾਗਰਾਈਜ਼ ਗੈਂਗਸਟਰ ਕੋਲੋਂ ਆਪਣੇ ਖਾਤੇ 'ਚ ਪੈਸੇ ਲੈ ਰਿਹਾ, ਫਿਰ ਤਾਂ ਪੰਜਾਬ ਦਾ ਰੱਬ ਹੀ ਰੱਖ ਹੈ। ਅਸੀਂ ਤਾਂ ਨੋ ਬਟਾ ਬਾਈ ਵੇਖ ਲਓ, ਅਜੇ ਤੱਕ ਨਹੀਂ ਬੁਰੀ ਹੋ ਰਹੀ ਅੰਮ੍ਰਿਤਸਰ ਵਿੱਚ, ਉਹਦੀ ਨਹੀਂ ਸਮਝ ਲੱਗੀ ਰਕੇਸ਼ ਜੀ ਵੀ ਕੀ ਗੱਲ ਹੈ ਵੀ ਇਹ ਵੀ ਵਿਧਾਨ ਸਭਾ 'ਚ ਕੋਈ MLA ਸਾਹਿਬ ਠਾਣਗੇ ਮੁੱਦਾ ਜੀ, ਅਤੇ DGP ਵਿਜੀਲੈਂਸ ਤਰਫ ਕਰਨਗੇ ਅਤੇ ਜਾਂ SSP ਵਿਜੀਲੈਂਸ ਤਰਫ ਕਰਨਗੇ, ਸ਼ਾਇਦ ਫਿਰ ਭਾਵੇਂ ਕੋਈ ਕਾਰਵਾਈ ਹੋ ਜਾਵੇ। ਚਲੋ ਸਮਝਿਓ, ਜ਼ਿਆਦਾ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।